नमस्ते आदाब सत श्री अकाल तुसी देख रहे हो चैनल शान पंजाबी मान पंजाब दा ते तुहाडा सब दा बहुत बहुत स्वागत है। तुहानूं दस दिंदे आ कि अज आपां पहुंचे होए आ 3B2 दे विच जिथे बहुत सारियां रौनकां लगियां होईयां तुसी पिछे देख सकदे हो ते आपां वी इसे रौनक दा हिस्सा बणांगे करांगे लोकां दे नाल गल्लबात ते पुछांगे उहनां तों अटपटे सवाल। तुसी कल्ली कित्थों बिलोंग करदे हो? मैं मूसे पिंड तों। मूसे पिंड तों? हां जी। मूसे वाले दे फैन वी हो? हां जी। गवांडी आई उहदा घर दा गवांडी आई पुराना घर है जिहड़ा। हां जी। उहदे घर दे सामने घर है घर है। शरारती जे आप सवाल पूछिए सिंपल जिहा जिवें बुझारता हुंदी है उस तरीके दे ओ किहड़ी चीज़ है जो अपनी हुंदी है पर अपने तो वध बाकी सारे लोग यूज करदे है? सिर्फ 24 घंटे लई आउंदी है। एक महीने दे विच सिर्फ 24 घंटे दे लई आउंदी है। एक महीने च 24 घंटे ਤੁਸੀਂ ਸਵਾਲ ਹੀ ਇਹਨਾਂ ਪਹਿਲਾਂ ਬੰਦੇ ਨੂੰ ਉਲਝਣ ਦਾ ਨਹੀਂ ਹੋ ਜਾਂਦੀ ਪਹਿਲੀ ਕੋਈ ਬੰਦ ਲੱਗੇ ਪਤਾ ਨਹੀਂ ਲਿਆਉਣੀ ਕਿੱਥੋਂ ਹੁੰਨੇ ਤੁਸੀਂ ਇਹ ਦੱਸੋ ਪਹਿਲਾਂ ਫਿਰ ਵੀ ਕੋਈ ਗੈਸ ਲਾ ਕੋਈ ਗੈਸ ਹੁਣ ਅਸੀਂ ਕੁਝ ਨਹੀਂ ਗੈਸ ਕਰ ਸਕਦੇ ਕੁਝ ਵੀ ਕੁਝ ਦਿਮਾਗ ਦੇ ਵਿੱਚ ਤਾਂ ਆਉਣਾ ਹੋ ਕੁਝ 24 ਘੰਟੇ ਤੇ ਲੈਟ ਮੀ ਗੂਗਲ ਵਿੱਚ ਨੈਟ ਤੇ ਨਹੀਂ ਸਰਚ ਕਰਨਾ ਨਾ ਫਿਰ ਵੀ ਕੁਝ ਹਿੰਟ ਕੋਈ ਵਗੈਰਾ ਹਿੰਟ ਮਾੜੇ ਮੋਟੇ ਇਹਦਾ 24 ਘੰਟਿਆਂ ਦਾ ਕੀ ਹੁੰਦਾ ਇੱਕ ਚੀਜ਼ ਕੋਈ ਜੋ 24 ਘੰਟਿਆਂ ਦੀ ਹੁੰਦੀ ਹੈ 24 ਘੰਟੇ ਦਿਨ ਹੁੰਦਾ ਰਾਤ ਹੁੰਦੀ ਹਾਂ ਦਿਨ ਦੇ ਬਹੁਤ ਕਲੋਜ਼ ਹੈ ਦਿਨ ਦਾ ਟਾਈਮ ਹੀ ਹੋਣਾ ਕੋਈ ਟਾਈਮ ਦਿਨ ਜਿਵੇਂ ਹਰ ਰੋਜ਼ ਆਉਂਦਾ ਹੈ ਪਰ ਉਹ ਇੱਕ ਹੀ ਵਾਰ ਆਉਂਦੀ ਹੈ ਇੱਕ ਮਹੀਨੇ ਦੇ ਵਿੱਚ ਪਰ 24 ਘੰਟੇ ਲਈ ਆਉਂਦੀ ਹੈ ਟਾਈਮ 24 ਘੰਟੇ ਲਈ ਆਉਂਦੀ ਹੈ ਮਾਰੀ ਟਾਈਮ ਹੀ ਹੋਣਾ ਕੋਈ ਚਲੋ ਇੱਕ ਹੋਰ ਪੁੱਛਦੇ ਆ ਬਹੁਤ ਈਜ਼ੀ ਹੈ ਠੀਕ ਹੈ ਈਜ਼ੀ ਮਤਲਬ ਇਦਾਂ ਦਾ ਸੁੱਖ ਹੈ ਜਿਹਦਾ ਜਵਾਬ ਨਹੀਂ ਦਿੱਤਾ ਹਜੇ ਤੱਕ ਕਿਸੇ ਨੇ ਵੈਸੇ ਕੋਈ ਇਦਾਂ ਦਾ ਫਲ ਜਿਹਨੂੰ ਆਪਾਂ ਖਾ ਨਹੀਂ ਸਕਦੇ ਫਲ ਖਾ ਨਹੀਂ ਸਕਦੇ ਇਦਾਂ ਦਾ ਫਲ ਫਲ ਤਾਂ ਸਾਰੇ ਖਾਣ ਵਾਲੇ ਹੁੰਦੇ ਹੈਗਾ ਚੰਨ ਫਲ ਹੁੰਦਾ ਇੰਨਾ ਦਿਮਾਗ ਨਹੀਂ ਹੈਗਾ ਸਾਡੇ ਕੋਲ ਜੋ ਲਿਖਵਾ ਬਣਾ ਜਵਾਬ ਕਿਸੇ ਨੇ ਨਹੀਂ ਦਿੱਤਾ ਕੋਈ ਗੱਲ ਨਹੀਂ ਇਹ ਅਸੀਂ ਅੱਜ ਨੋਟ ਕਰਕੇ ਲੈ ਜਾਣਾ ਤੁਹਾਨੂੰ ਕੱਲ ਨੂੰ ਦੱਸਾਂਗੇ ਕੱਲ ਨੂੰ ਆ ਜਾਓ ਕੱਲ ਨੂੰ ਆ ਜਾਓ ਇਸੇ ਟਾਈਮ ਉਸ ਤੋਂ ਪਹਿਲਾਂ ਹੈਲੋ ਸਤਿ ਸ਼੍ਰੀ ਅਕਾਲ ਕੀ ਨਾਮ ਹੈ ਤੁਹਾਡਾ ਨੀਰਜ ਕੁਮਾਰ ਜੀ ਓਕੇ ਕੀ ਕਰਦੇ ਹੋ ਇੱਥੇ ਤੁਸੀਂ ਅਸੀਂ ਇੱਥੇ ਟ੍ਰੇਨਿੰਗ ਆ ਜੀ ਲੱਗੀ ਹੋਈ ਓਨਲੀ ਸੋਮ ਜੀ ਓਕੇ ਪੜ੍ਹਦੇ ਹੋ ਹਾਂਜੀ ਹਾਂਜੀ ਓਕੇ ਬੇਸਿਕਲੀ ਕਿੱਥੋਂ ਬਿਲੋਂਗ ਕਰਦੇ ਹੋ ਅਸੀਂ ਜ਼ਿਲ੍ਹਾ ਸੰਗਰੂਰ ਤੋਂ ਜੀ ਓਕੇ ਤੁਹਾਡਾ ਕੀ ਨਾਮ ਹੈ ਸਰ ਮੇਰਾ ਇਸ਼ਾਨ ਜੀ ਓਕੇ ਤੁਸੀਂ ਵੀ ਇਹਨਾਂ ਦੇ ਨਾਲ ਹੀ ਹੋ ਕੋਈ ਟੈਲੈਂਟ ਬਸ ਪਤਾ ਹੀ ਹੈ ਜੀ ਵਿਲੇ ਕੰਮ ਵਿਲੇ ਕੰਮ ਓਕੇ ਗਾਣਾ ਗੁਣਾ ਸੁਣਾ ਦਿਓ ਕੋਈ ਨਾ ਬਸ ਹੀ ਥੈਂਕ ਯੂ ਕੁਝ ਹੋਰ ਚਲੋ ਠੀਕ ਹੈ ਅਗਰ ਆਪਾਂ ਕੋਈ ਸਵਾਲ ਪੁੱਛੇ ਨਾਰਮਲ ਜੇ ਸਵਾਲ ਹੋਣਗੇ ਬਿਲਕੁਲ ਨਾਰਮਲ ਠੀਕ ਹੈ ਆਪਾਂ 3 ਸਵਾਲ ਪੁੱਛਾਂਗੇ ਤੁਹਾਡੇ ਤੋਂ ਅੱਜ ਸਤਿ ਸ਼੍ਰੀ ਅਕਾਲ ਭਾਈ ਕੀ ਨਾਮ ਹੈ ਸਰ ਤੁਹਾਡਾ ਰਮਨਦੀਪ ਓਕੇ ਕੋਈ ਗਾਣਾ ਵਗੈਰਾ ਸੁਣਾਉਂਗੇ ਸਰ ਗਾਣਾ ਤਾਂ ਨਹੀਂ ਓਕੇ ਸਵਾਲ ਪੁੱਛਦੇ ਆ ਚਲੋ ਅੱਜ ਤੁਹਾਡੇ ਤੋਂ ਸਾਰੇ ਤੋਂ ਕਿ ਕੋਈ ਚੀਜ਼ ਇਦਾਂ ਦੀ ਜਿਹਨੂੰ ਆਪਾਂ ਜਦੋਂ ਖਰੀਦਦੇ ਆ ਉਦੋਂ ਕਾਲੇ ਰੰਗ ਦੀ ਹੁੰਦੀ ਹੈ ਜਦੋਂ ਯੂਜ਼ ਕਰਦੇ ਆ ਉਦੋਂ ਲਾਲ ਰੰਗ ਦੀ ਹੁੰਦੀ ਹੈ ਤੇ ਉਸ ਤੋਂ ਬਾਅਦ ਉਹ ਚਿੱਟੇ ਰੰਗ ਦੀ ਹੋ ਜਾਂਦੀ ਹੈ ਪਤਾ ਕਿਸੇ ਨੂੰ ਜਦੋਂ ਖਰੀਦਦੇ ਆ ਉਦੋਂ ਕਾਲੇ ਰੰਗ ਦੀ ਹੁੰਦੀ ਹੈ ਜਦੋਂ ਵਰਤਦੇ ਆ ਉਦੋਂ ਲਾਲ ਰੰਗ ਦੀ ਹੁੰਦੀ ਹੈ ਤੇ ਉਸ ਤੋਂ ਬਾਅਦ ਉਹ ਚਿੱਟੇ ਰੰਗ ਦੀ ਹੋ ਜਾਂਦੀ ਹੈ ਵਰਤਣ ਤੋਂ ਬਾਅਦ ਮਿਰਚੀ ਵਰਤ ਕੇ ਉਹਨੂੰ ਯੂਜ਼ ਕਰਨ ਤੋਂ ਬਾਅਦ ਵਾਈਟ ਕਲਰ ਦੀ ਹੋ ਜਾਂਦੀ ਹੈ ਨਾ ਜੀ ਦੱਸੋ ਰਮਣ ਦੱਸੋ ਤੂੰ ਸੀਨੀਅਰ ਆ ਯਾਨੀ ਬੱਚਾ
कोई गैस ही ला दो उदा ही ਜੋ ਖਰੀਦਿਆਂ ਦੇ ਕਾਲੇ ਰੰਗ ਦੀ ਹੁੰਦੀਆਂ ਨੇ ਚਲੋ ਦੂਸਰਾ ਤਿੰਨ ਸਵਾਲ ਪੁੱਛਨੇ ਆਪਾਂ ਦੂਸਰਾ ਕੋਈ ਇਦਾਂ ਦਾ ਰੂਮ ਜਿਹਦੇ ਨਾ ਦਰਵਾਜ਼ਾ ਹੁੰਦਾ ਨਾ ਖਿੜਕੀ ਹੁੰਦੀ ਹੈ ਪਾ ਇਦਾਂ ਦਾ ਰੂਮ ਨਾ ਕੋਈ ਦਰਵਾਜ਼ਾ ਨਾ ਕੋਈ ਖਿੜਕੀ ਇਹ ਬਹੁਤ ਫਨੀ ਦੱਸਣਾ ਆਇਆ ਕੋਈ ਰੂਮ ਹੁੰਦਾ ਹੀ ਨਹੀਂ ਜਿਹਦੇ ਦਰਵਾਜ਼ਾ ਦਾ ਖਿੜਕੀ ਨਹੀਂ ਹੁੰਦਾ ਇੱਕ ਰੂਮ ਇਦਾਂ ਦਾ ਹੁੰਦਾ कुछ होर अगर तुसी करके दिखाना हो कोई शेर कोई सॉन्ग कुछ भी शेर ता है ना दे आप शेर ही सुना दो तुसी शेर सुना दो उन्होंने तो क्या है ना वो सीनियर है फिर सीनियर दी गल भी तो मननी चाहिए है ना सीनियर तो है कोई छोटा छोटा जो एक हैगा मेरा लिखा है बाला पुराना सुना दो भी देखिए जन सारी बहुत मेरा मन पसंद है खेतरी तेरा पढ़े 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 शेर ए एंड टाइम पे मिलता नहीं होता मिल गया सच्चाई छुप नहीं सकती बनावट के फूलों से सच्चाई छुप नहीं सकती बनावट के फूलों से खुशबू आ नहीं सकती कागज के फूलों से खुशबू आ नहीं सकती कागज के फूलों से वाह याकूब बहुत सोनिया लाइना बोली है तेरे यहाँ पे हस्बैंड वाइफ कौन ओके कितने साल हो गए शादी को हमारे 22 साल हो गए अच्छी चल रही है अभी तक तो अच्छी चल रही है अच्छा किसकी चलती है घर पे ज़्यादा वो खुद ही एक्सेप्ट कर रही है इन्हीं की चलती है सालू पता नहीं नौकर है ये बॉय है तो सिर्फ पट्टा उन खरीदने आया गले च मारने वाला आंदे वास्ते अदरवाइज ਉਹ ਤੇ ਅਸੀਂ ਖੜਿਆ ਤਾਂ ਇਸ ਕਰਕੇ ਹਲੇ ਪੱਟਾ ਖਰੀਦਿਆ ਨਹੀਂ ਗਿਆ ਓਕੇ ਤੁਸੀਂ ਕਿਹਦੇ ਨੌਕਰ ਹੋ ਹਾਂਜੀ ਤੁਸੀਂ ਕਿਹਦੇ ਨੌਕਰ ਮੈਂ ਇਹਨਾਂ ਦਾ ਨੌਕਰ ਹੈਗਾ ਜੀ ਸਭ ਕੰਮ ਕਰਦਾ ਹੀ ਰਾਤੀ ਮੈਂ ਇਹਨਾਂ ਦਾ ਅੱਛਾ ਤੇ ਕੋਈ ਸੌਂਗ ਵਗੈਰਾ ਸੌਂਗ ਮੈਂ ਫਿਲਮਾਂ ਵੇਖਦਾ ਹੀ ਨਹੀਂ ਹੈਗਾ ਜੀ ਉਹ ਕੀ ਕਹਿ ਰਹੇ ਨੇ ਲੋਰੀ ਵੀ ਗਾਉਂਦੇ ਨੇ ਸੁਣਾ ਦੋ ਨਹੀਂ ਜੀ ਚਲੋ ਤੁਸੀਂ ਵੀ ਆ ਜਾਓ ਸਰ ਆਪਾਂ ਨਹੀਂ ਨਹੀਂ ਕੁਝ ਸੁਣਦੇ ਨਹੀਂ ਆਪਾਂ ਛੋਟੇ ਛੋਟੇ ਇੰਟਰਸਟਿੰਗ ਜਿਹੇ ਸਵਾਲ ਪੁੱਛਦੇ ਆ ਦੋ ਤਿੰਨ ਠੀਕ ਹੈ ਕੋਈ ਇਦਾਂ ਦਾ ਮਤਲਬ ਫਲ ਦੱਸੋ ਜਿਹਨੂੰ ਆਪਾਂ ਖਾ ਨਹੀਂ ਸਕਦੇ ਇਸ ਤਰ੍ਹਾਂ ਕਿਹੜਾ ਫਲ ਹੁੰਦਾ ਜਿਹੜਾ ਖਾ ਨਹੀਂ ਸਕਦੇ ਬਹੁਤ ਫਨੀ ਜਿਹਾ ਸਵਾਲ ਐਨੀ ਆਈਡੀਆ ਸੌਰੀ ਕਿਹੜਾ ਕੋਈ ਇਦਾਂ ਦੀ ਚੀਜ਼ ਜਿਹਨੂੰ ਆਪਾਂ ਖਰੀਦਣ ਦੇ ਲਈ ਲੈਂਦੇ ਹਾਂ ਪਰ ਉਹਨੂੰ ਵੀ ਆਪਾਂ ਖਾਂਦੇ ਨਹੀਂ ਹੈ ਖਰੀਦ ਲੈਂਦੇ ਹਾਂ ਖਾਂਦੇ ਨਹੀਂ ਹਾਂ ਖਰੀਦ ਖਾਣੇ ਦੇ ਲਈ ਲੈਂਦੇ ਹਾਂ ਪਰ ਉਹਨੂੰ ਖਾਂਦੇ ਨਹੀਂ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਹਰਪ੍ਰੀਤ ਸਿੰਘ ਹੈ ਜੀ ਓਕੇ ਤੁਹਾਡਾ ਕੀ ਨਾਮ ਹੈ ਤਰਸੇਮ ਸਿੰਘ ਕੀ ਕਰ ਰਹੇ ਹੋ ਇੱਥੇ ਤੁਸੀਂ ਅਸੀਂ ਸਟੱਡੀ ਕਰਦੇ ਹਾਂ ਸਟੱਡੀ ਕਰਦੇ ਹੋ ਹਾਂਜੀ ਤੇ ਹੁਣ ਇੱਥੇ ਕੀ ਕਰ ਰਹੇ ਹੋ ਗੇੜੀਆਂ ਮਾਰ ਰਹੇ ਨਹੀਂ ਇੱਥੇ ਹਾਂਜੀ ਗੇੜੀ ਮਾਰ ਰਹੇ ਜੀ ਅੱਛਾ ਸਿੰਗਲ ਹੋ ਹਾਂਜੀ ਸਿੰਗਲ ਹਾਂ ਜੀ ਅੱਛਾ ਲੱਗ ਨਹੀਂ ਰਿਹਾ ਵੈਸੇ ਦੇਖ ਕੇ ਲੱਗ ਨਹੀਂ ਰਿਹਾ ਜੀ ਸਿੰਗਲ ਆਈ ਅਸੀਂ ਓਕੇ ਸੋ ਲੱਗਦਾ ਪੜ੍ਹਾਈ ਵਗੈਰਾ ਵਿੱਚ ਦਿਲ ਪੜ੍ਹਾਈ ਕਹਿ ਰਹੇ ਹੋ ਕਰ ਰਹੇ ਹਾਂ ਹਾਂਜੀ ਲੱਗਦਾ ਜੀ ਅੱਛਾ ਟੈਲੈਂਟ ਕੋਈ ਹੋਰ ਟੈਲੈਂਟ ਹੈਗਾ ਜੀ ਰਨਿੰਗ ਦਾ ਓਕੇ ਤਾਂ ਸੌਂਗ ਵਗੈਰਾ ਕੋਈ ਸੁਣਾਓਗੇ ਹਾਂਜੀ ਸੁਣਾ ਦਾਂਗੇ ਮੈਂ ਕਿਹੜਾ ਸੁਣਾ ਦਈਏ ਜਿਹੜਾ ਮਰਜ਼ੀ ਸੁਣਾ ਦੇ ਇੱਧਰ ਕਿਹੜਾ ਵਾਇਸ ਪੰਜਾਬੀ ਤੁਮ ਦਿਲ ਕੀ ਧੜਕਨ ਮੇਂ ਰਹਤੇ ਹੋ तुम दिल की धड़कन में रहते हो मेरी इन सांसों से कहते हो मेरी इन सांसों से कहते हो बाहों में आ जाओ सपनों में खो जाओ तुम दिल की धड़कन में रहते हो गौंदा सोना मुंडा गा सोना लेंदा वैसे पर शो नहीं किता तुसी ट्राई नहीं किता रियलिटी शो से नहीं यार पुराने गाने दे दीवाने लगदे हो मैनू लगदा हां जी मैम वैसे सानू शॉर्ट टर्म पसंद आई ਇਹ ਸਾਈਡ ਸੌਂਗ ਹੀ ਸੁਣਦੇ ਆ ਇੱਥੇ ਸਾਈਡ ਸੌਂਗ ਹੀ ਗਾਉਂਦੇ ਆ ਅੱਛਾ ਤਾਂ ਜਨਰਲ ਨੌਲੇਜ ਕਿਵੇਂ ਹੈ ਠੀਕ ਆ ਜੀ
ਠੀਕ ਆ ਮੈਮ ਪੜ੍ਹਾਈ ਅੱਛਾ ਤੁਸੀਂ ਕਿਵੇਂ ਹੋ ਪੜ੍ਹਾਈ ਚ ਕਿਵੇਂ ਹੋ ਜਨਰਲ ਨੌਲੇਜ ਕਿਵੇਂ ਹੈ ਠੀਕ ਹੀ ਆ ਸੁਣਾਓਗੇ ਕੁਝ ਤੁਸੀਂ ਨਹੀਂ ਨਹੀਂ ਆਪਾਂ ਨੂੰ ਨਹੀਂ ਆਉਂਦਾ ਹੀ ਨਹੀਂ ਆਪਾਂ ਨੂੰ ਕੁਝ ਅੱਛਾ ਤਾਂ ਆਪਾਂ ਸਵਾਲ ਪੁੱਛਾਂਗੇ ਸਵਾਲ ਜਵਾਬ ਦੋ ਤੋਂ ਬਹੁਤ ਸੌਖੇ ਆ ਨੋਰਮਲ ਜੇ ਠੀਕ ਹੈ ਇੱਕ ਕੋਈ ਚੀਜ਼ ਇੱਦਾਂ ਦੀ ਦੁਨੀਆ ਦੇ ਵਿੱਚ ਜਿਹਨੂੰ ਕੋਈ ਵੀ ਡੁੱਬਣ ਤੋਂ ਰੋਕ ਨਹੀਂ ਸਕਦਾ ਦੱਸ ਦਿਓ ਹੁਣ ਡਬੋੜਾ ਦੇਖਦੇ खाने दे लेंदे आ पर खांदे नहीं खाने दे लई लेंदे आ पर खांदे नहीं है ओहो पिज़्ज़ा पिज़्ज़े नु खांदे नहीं आपा पिज़्ज़ा तो खांदे आपा पीन खांदे अस्ता आपा पानी नहीं खांदे आपा पानी नु आपा खाने च नहीं लेंदे दस दे हुण की नाम है सर तुहाडा मेरा नाम गुरसेवक सिंह ओके तुहाडा की नाम है दिलजीत ओके की कर रहे हो तुसी सारे इथे मेरा सलून है उपर नहीं सलून और टैटू स्टूडियो है उपर साडा ओके टैटू स्टूडियो ऐड कर दो एडवर्टाइजमेंट बस इंस्टाग्राम का पेज लिखे हुआ साढ़े सलोन का भी टैटू का भी चेक करो तो कम फिर करवा के जाओ ओके फ्री च भी बना के दोगे फ्री दे विच हाँ डिस्काउंट कर देंगे ओके तो बेसिकली कितों बिलोंग कर मोगा मोगा तो ठीक है ते तोड़ा की नाम है कुलदीप जी ओके तो सी भी इतनी रहने ओके बेसिकली तो सी कितों बठिंडे तो ही की नाम है गाना वगैरा सुना दो मैं करना लैम्बोर्गिनी चलाउनी है गाना नहीं सुनाना चंगा सुनाओगे कोई गाना वगैरह नहीं अपने जो टैलेंट नहीं हैगा ओके तो नॉलेज किवें है जीके वगैरह या कुछ सिंपल जो बहुत इंटरेस्टिंग सवाल पूछने हैं बहुत सिंपल 12वीं तक पास है देख लो नहीं नहीं वो नॉर्मल ही है जिवें आपां ओ नहीं सी पिंडा विच बुझारता पाउंदे हुंदे सी ओवें सिंपल है तो इदां दी केड़ी चीज़ है जो आप जो खरीदते हैं उदो काले रंग की होंगी है यूज करते उदो लाल होंगी है बाद विच चिट्टे रंग की हो जाती है जो खरीदते हैं काले रंग की होंगी है ओके जो वरतते हैं उदो लाल रंग की होंगी है उस तो बाद वो चिट्टे रंग की हो जाती है फिर भी कोई गैस कोई गैस ਜਦੋਂ ਆਪਾਂ ਖਰੀਦਦੇ ਆ ਕਾਲੇ ਰੰਗ ਤਾਂ ਬਲੈਕ ਹੁੰਦੀ ਆ ਯੂਜ਼ ਕਰਦੇ ਆ ਤਾਂ ਰੈੱਡ ਹੈ ਓਕੇ ਅਦਰਵਾਈਜ਼ ਵਾਈਟ ਹੋ ਜਾਂਦੀ ਉਸ ਤੋਂ ਬਾਅਦ ਵਾਈਟ ਲਾਲ ਕਾਲੀ ਚਿੱਟੀ ਕੀ ਚੀਜ਼ ਹੋ ਸਕਦੀ ਐਗਜ਼ਾਮਪਲ ਡੇਲੀ ਯੂਜ਼ ਦੇ ਵਿੱਚ ਆਉਂਦੀ ਹੈ ਜੇ ਮਤਲਬ ਪਿੰਡਾਂ ਵਿੱਚ ਰਹਿੰਦੇ ਲੋਕ ਉਹਨਾਂ ਦੇ ਡੇਲੀ ਯੂਜ਼ ਚ ਆਉਂਦੇ ਆ ਨਹੀਂ ਚਲੋ ਇੱਕ ਹੋਰ ਸਵਾਲ ਪੁੱਛਦੇ ਆ ਇਦਾਂ ਦੀ ਕਿਹੜੀ ਚੀਜ਼ ਹੈ ਜਿਹਦੇ ਸਿਰ ਵੀ ਹੁੰਦਾ ਹੈ ਪੂੰਛ ਵੀ ਹੁੰਦੀ ਹੈ ਸਰੀਰ ਨਹੀਂ ਹੁੰਦਾ ਜਾਨਵਰ ਹੈ ਨਹੀਂ ਜਾਨਵਰ ਨਹੀਂ ਸਿਰ ਵੀ ਹੁੰਦਾ ਪੂੰਛ ਵੀ ਹੁੰਦੀ ਪਰ ਸਰੀਰ ਨਹੀਂ ਹੁੰਦਾ ਸਰੀਰ ਨਹੀਂ ਹੁੰਦਾ ਇਹ ਵੀ ਡੇਲੀ ਯੂਜ਼ ਚ ਆਉਂਦੀ ਹੈ ਇਹ ਇਸ ਟਾਈਮ ਸਭ ਦੇ ਕੋਲ ਮੋਬਾਈਲ ਨਹੀਂ ਨਹੀਂ ਸਰ ਵੀ ਹੁੰਦਾ ਪੂੰਛ ਹੁੰਦੀ ਸਰੀਰ ਨਹੀਂ ਹੁੰਦਾ ਅੰਗਰੇਜ਼ੀ ਪੰਜਾਬੀ ਚ ਗੱਲ ਕਰੋ ਅੰਗਰੇਜ਼ੀ ਤੁਹਾਨੂੰ ਸਮਝ ਨਹੀਂ ਆਉਂਦੀ ਘੁੰਮਣ ਆਏ ਹੋਏ ਦੋਨੇ ਜਾਣੇ ਕਿਵੇਂ ਲੱਗ ਰਿਹਾ ਘੁੰਮ ਫਿਰ ਕੇ ਨਜ਼ਾਰੇ ਪੂਰੇ
ਅੱਛਾ ਪਹਿਲਾਂ ਕੀ ਕਿਹਾ ਸੀ ਤੁਸੀਂ ਜੋ ਪੁੱਛਿਆ ਸੀ ਕੀ ਕਰਦੇ ਹੋ ਕੁੜੀ ਦੀ ਭਾਲ 'ਚ ਨਾ ਮੁੰਡਾ ਉੱਪਰਲਾ ਯੈਲੋ ਪਾਗਲ ਕੁੜੀ ਦੀ ਭਾਲ 'ਚ ਤੁਸੀਂ ਮਿਲੀ ਕੁੜੀ ਦੋਨੇ ਇੱਥੇ ਕਿੱਥੇ ਜੇ ਲੱਭੀ ਨਹੀਂ ਕੋਈ ਕਿੱਦਾਂ ਦੀ ਕੁੜੀ ਚਾਹੀਦੀ ਹੈ ਦੱਸ ਦਿਓ ਆਪਾਂ ਕਿਆ ਪਤਾ ਇੱਥੋਂ ਚੈਨਲ ਤੋਂ ਲੱਭ ਜਾਈਏ ਕੁੜੀ ਬਸ ਜਿਹੋ ਜਿਹੀ ਕੁੜੀਆਂ ਹੁੰਦੀਆਂ ਉਹੀ ਲੱਭ ਜਾਈਏ ਫਿਰ ਵੀ ਇੰਨੀਆਂ ਕੁੜੀਆਂ 'ਚੋਂ ਫਿਰ ਤੁਹਾਨੂੰ ਕੋਈ ਲੱਭੀ ਨਹੀਂ ਫਿਰ ਕੁਛ ਤਾਂ ਵੱਖਰਾ ਹੀ ਹੋਣਾ ਉਹਦਾ ਮਿਲ ਕੇ ਪਤਾ ਲੱਗਦਾ ਕਿੱਦਾਂ ਦਾ ਓਕੇ ਤਾਂ ਕੋਈ ਗਾਣਾ ਵਗੈਰਾ ਸੁਣਾਓਗੇ ਕੁਛ ਐਂਟਰਟੇਨਮੈਂਟ ਸੁਣਦੇ ਤਾਂ ਹੋਣਗੇ ਫੇਵਰੇਟ ਸਿੰਗਰ ਕੌਣ ਹੈ ਫੇਵਰੇਟ ਸਿੰਗਰ ਸਾਰੇ ਵਧੀਆ ਗਾਉਂਦੇ ਪੰਜਾਬੀ ਇੰਡਸਟਰੀ ਫਿਰ ਵੀ ਅਗਰ ਕੋਈ ਇੱਕ ਚੂਜ਼ ਕਰਨਾ ਹੋਵੇ ਤਰਸੇਮ ਜੱਸੜ ਹਾਂਜੀ ਤਰਸੇਮ ਜੱਸੜ ਤਰਸੇਮ ਜੱਸੜ ਉਹ ਮੇਰਾ ਵੀ ਫੇਵਰੇਟ ਹੈ ਤਾਂ ਮਤਲਬ ਉਹਦਾ ਕਿਹੜਾ ਗੀਤ ਸਭ ਤੋਂ ਵੱਧ ਪਸੰਦ ਹੈ ਤੁਹਾਨੂੰ ਗੀਤ ਸਾਰੇ ਹੀ ਵਧੀਆ ਗਾਏ ਹੈ ਕੋਈ ਵੀ ਮਾੜਾ ਨਹੀਂ ਉਹਨਾਂ ਦਾ ਵਧੀਆ ਪਸੰਦ ਹੈ ਪਾਰਸ਼ੀਅਲਟੀ ਨਹੀਂ ਕਰ ਰਹੇ ਸੁਣਾਓਗੇ ਤੁਹਾਡੇ ਸਾਰਿਆਂ ਵਿੱਚੋਂ ਕੋਈ ਗੀਤ ਦਿਮਾਗ ਪਹਿਲੀ ਵਾਰ ਲਾਇਆ ਵੈਸੇ ਕਿਸੇ ਨੇ ਬਹੁਤ ਸਾਰੇ ਪ੍ਰੋਗਰਾਮ ਦੇਖਿਆ ਦਿਮਾਗ ਕਾਫੀ ਲੱਗਦਾ ਮੈਨੂੰ ਲੱਗਦਾ ਦਿਮਾਗ ਤਾਂ ਬੜਾ ਚਲੋ ਫਿਰ ਸਵਾਲ ਪੁੱਛਦੇ ਆ ਠੀਕ ਹੈ ਤੁਹਾਡੇ ਸਾਰਿਆਂ ਤੋਂ ਇਹੋ ਜੀ ਕਿਹੜੀ ਚੀਜ਼ ਹੈ ਜਿਹਦੇ ਸਿਰ ਵੀ ਹੁੰਦਾ ਪੂੰਛ ਵੀ ਹੁੰਦੀ ਹੈ ਸਰੀਰ ਨਹੀਂ ਹੁੰਦਾ ਮਛਲੀ ਸਿਰ ਹੁੰਦਾ ਤੇ ਪੂੰਛ ਹੁੰਦੀ ਹੈ ਸਿਰ ਹੁੰਦਾ ਪੂੰਛ ਹੁੰਦੀ ਹੈ ਸਰੀਰ ਨਹੀਂ ਹੁੰਦਾ ਸਿਰ ਹੁੰਦਾ ਤੇ ਪੂੰਛ ਹੁੰਦੀ ਹੈ ਇਹ ਨਹੀਂ ਗੈਸ ਹੋਣੀ ਸੀ ਇਹ ਜੀ ਚੀਜ਼ ਤਾਂ ਵੇਖੀ ਨਹੀਂ ਕਰੀ ਵੇਖੀ ਨਹੀਂ ਨਵੀਂ ਨੂੰ ਵੀ ਆਈ ਹੋਣੀ ਕੋਈ ਇਹ ਸਭ ਤੋਂ ਪਹਿਲਾਂ ਦੀ ਆਈ ਹੋਈ ਹੈ ਉਹਦੀ ਆਪਾਂ ਸਾਰਿਆਂ ਨੂੰ ਲੋੜ ਵੀ ਬਹੁਤ ਜ਼ਿਆਦਾ ਹੁੰਦੀ ਹੈ ਲੋੜੀ ਵਾਹ ਹੁੰਦੀ ਸਭ ਦੀ ਡੇਲੀ ਲਾਈਫ 'ਚ ਯੂਜ਼ ਹੁੰਦੀ ਹੈ ਸਭ ਦੀ ਸਿਰ ਵੀ ਗੈਸ ਵੀ ਦੇ ਤਾਂ ਬਹੁਤ ਵੱਡਾ ਗੈਸ ਹੈ ਤੁਹਾਡੇ ਸਾਰਿਆਂ 'ਚ ਕੋਈ ਨਾ ਇਹ ਤਾਂ ਰੇਂਜ 'ਚੋਂ ਹੀ ਬਾਹਰ ਆਈ ਕੰਮ ਜਿਹੜਾ ਤੁਸੀਂ ਕੁਐਸਚਨ ਕਰ ਪੁੱਛਿਆ ਫਿਰ ਵੀ ਕੋਈ ਗੈਸ ਕੋਈ ਸੋਚ ਨਹੀਂ ਰਿਹਾ ਤੁਸੀਂ ਕੋਈ ਆਈਡੀਆ ਦਿਓ ਨਾ ਤੁਹਾਡਾ ਪਤਾ ਕੋਈ ਚੀਜ਼ ਹੈ ਜਾਂ ਹਿੰਟ ਦੱਸ ਦਿੱਤਾ ਆਪਣੀ ਡੇਲੀ ਲਾਈਫ 'ਚ ਯੂਜ਼ ਹੁੰਦੀ ਹੈ ਸਭ ਦੀ ਡੇਲੀ ਲਾਈਫ 'ਚ ਯੂਜ਼ ਹੁੰਦੀ ਹੈ ਤੁਹਾਡੇ ਸਾਰਿਆਂ ਕੋਲ ਵੀ ਹੋਊ ਡੇਲੀ ਲਾਈਫ 'ਚ ਬਹੁਤ ਕੁਝ ਯੂਜ਼ ਹੁੰਦਾ ਜੀ ਜਿਹੜਾ ਆਪਣੇ ਡੇਲੀ ਲਾਈਫ ਉਹ ਸਭ ਕੋਲ ਆ ਹਰ ਇੱਕ ਚੀਜ਼ ਕੋਲ ਇਸ ਟਾਈਮ ਵੀ ਕੋਲ ਹੋ ਤੁਹਾਡੇ ਇੱਦਾਂ ਦੇ ਕੀ ਆ ਤੁਸੀਂ ਦੱਸ ਦਿਓ ਨਾ ਨਹੀਂ ਇਹ ਆਪਾਂ ਪ੍ਰੋਗਰਾਮ ਦੇ ਐਂਡ 'ਚ ਦੱਸਾਂਗੇ ਇਹ ਤੁਸੀਂ ਚੈਨਲ ਸਬਸਕ੍ਰਾਈਬ ਕਰ ਲਿਓ ਆਪਾਂ ਐਂਡ 'ਚ ਦੱਸਾਂਗੇ ਤਾਂ ਇੱਕ ਹੋਰ ਸਵਾਲ ਹੈ ਕਿ ਇੱਕ ਕੋਈ ਇੱਦਾਂ ਦੀ ਚੀਜ਼ ਜਿਹਨੂੰ ਆਪਾਂ ਖਰੀਦਦੇ ਹਾਂ ਉਹ ਕਾਲੇ ਰੰਗ ਦੀ ਹੁੰਦੀ ਹੈ ਜਦੋਂ ਵਰਤਦੇ ਹਾਂ ਉਦੋਂ ਲਾਲ ਰੰਗ ਦੀ ਹੁੰਦੀ ਹੈ ਅਤੇ ਵਰਤਣ ਤੋਂ ਬਾਅਦ ਉਹ ਚਿੱਟੇ ਰੰਗ ਦੀ ਹੋ ਜਾਂਦੀ ਹੈ ਤੁਸੀਂ ਕਿੱਥੋਂ ਲੱਭ ਕੇ ਲਏ ਹੋ ਸਵਾਲ ਸਵਾਲ ਇੱਦਾਂ ਦੇ ਪੁੱਛਣੇ ਚਾਹੀਦੇ ਨੇ ਜੇ ਜਵਾਬ ਨਹੀਂ ਆਵੇ ਦੱਸੋ ਕੋਈ ਕੋਈ ਗੈਸ ਇਹ ਵੀ ਇਹ ਈਜ਼ੀ ਹੈ ਵੈਸੇ ਗੈਸ ਤਾਂ ਮੈਂ ਹੁਣ ਇੰਨਾ ਦਿਮਾਗ ਚੱਲ ਨਹੀਂ ਰਿਹਾ ਇਹ ਵੀ ਜੇ ਤੁਸੀਂ ਸਾਰੇ ਪਿੰਡਾਂ ਵਾਲੇ ਆ ਤਾਂ ਪਿੰਡਾਂ 'ਚ ਡੇਲੀ ਯੂਜ਼ ਹੁੰਦੀ ਹੈ ਇਹ ਵੀ ਚੀਜ਼ ਨਹੀਂ ਪਿੰਡਾਂ ਵਾਲੇ ਤਾਂ ਨਹੀਂ ਆਪਾਂ ਰਹਿੰਦੇ ਤਾਂ ਇੱਥੇ ਹਾਂ ਫੋਰਟਿਸ 'ਚ ਜੋਬ ਕਰਦੇ ਹਾਂ ਫਿਰ ਵੀ ਪਿੰਡ ਜੇ ਕਦੇ ਵੀ ਗਏ ਹੋਵੋਗੇ ਤਾਂ ਦੇਖੀ ਹੋਊਗੀ ਉਹ ਚੀਜ਼ ਪਿੱਛੋਂ ਤਾਂ ਪਿੰਡ ਦੇ ਸ਼ੁਰੂ ਤੋਂ ਇੱਥੇ ਆਏ ਉਹ ਤਾਂ ਬੜੀ ਬਹੁਤ ਚੀਜ਼ਾਂ ਰੰਗ ਬਦਲਦੀਆਂ ਜੀ ਅੱਜ ਕੱਲ੍ਹ ਨਹੀਂ ਪਾਇਆ ਨਹੀਂ ਪਤਾ ਤੁਹਾਨੂੰ ਸਾਰਿਆਂ ਨੂੰ ਠੀਕ ਹੈ ਫਿਰ ਇਹ ਚੈਨਲ ਸਬਸਕ੍ਰਾਈਬ ਕਰ ਲਿਓ ਆਪਾਂ ਐਂਡ 'ਤੇ ਜ਼ਰੂਰ ਦੱਸਾਂਗੇ ਠੀਕ ਹੈ ਕੋਈ ਗਾਣਾ ਵਗੈਰਾ ਕੋਈ ਸੁਣਾ ਦਿਓ ਮਾਹੌਲ ਸਾਡੇ ਉੱਥੋਂ ਨਾਲ ਤਾਂ ਬਹੁਤ ਘੈਂਟ ਆ ਉੱਥੇ ਸਾਡੇ ਜਮਾਂ ਕੁਛ ਨਹੀਂ ਹੈਗਾ ਇੱਥੇ ਵਾਹਵਾ ਖੁਸ਼ ਰੌਣਕ ਹੈ ਚਾਰੇ ਪਾਸੇ ਹਾਂ ਅਤੇ ਸਿੰਗਰ ਕੌਣ ਹੈ ਫੇਵਰੇਟ ਸਿੰਗਰ ਮੈਨ ਫੇਵਰੇਟ ਕੋਈ ਪਾਰਟੀਕੂਲਰ ਤੇ ਕੋਈ ਨਹੀਂ ਹੈ ਸਾਰੇ ਸੁਣ ਲਈਦੇ ਕੋਈ ਗਾਣਾ ਗੁਣਾ ਸੁਣਾ ਦਿਓ ਕੋਈ
कोई शेयर कोई गाना कुछ? चलो फिर आप सवाल पूछते हैं थोड़े तो सिंपल जी है बहुत जिम्मे बुझारता नहीं होंगे जी पिंड उदा दी सवाल पूछते हैं कि कोई इदा दी चीज़ जो मतलब एक महीने दे विच सिर्फ 24 घंटे दे लई आउंदी है। एक महीना 24 घंटे लई आउंदी है। वैसे हुण तां असीं आए आ वैसे महीने एक दिन लई आए आ उस तों बाद महीने बाद ही आवांगे चंडीगढ़। ओ हर महीने आउंदी है। हर महीने संगरान वी आउंदी है। 24 घंटे लई आउंदी है। पूरे प्रोग्राम दे एंड दे विच दसांगे तुहानू चैनल सबसक्राइब करो ठीक है। तो एक होर क्वेश्चन पूछते हैं कि कोई किहड़ा इदां दा फल है जिन्हों खा नहीं सकते? एक तां मैं कर्मां दा फल हुंदा जी जिन्हों आपां खा नहीं सकते। बुझारत ही दस दो कोई ताकि अगले प्रोग्राम च यूज कर लिये क्योंकि खत्म होंदी जा ਬੁਝਾਰੇ ਸਾਡੇ ਮੈਡਮ ਛੋਟੇ ਹੁੰਦੇ ਸੁਣਾਉਂਦੇ ਹੁੰਦੇ ਸੀ ਦਾਦੇ ਹੋਣੀ ਕਿ ਤੂੰ ਚੱਲ ਮੈਂ ਆਇਆ ਤੁਸੀਂ ਦੱਸਿਓ ਬਾਕੀ ਕਮੈਂਟਾਂ 'ਚ ਕੀ ਆਨਸਰ ਇਹਦਾ ਤੂੰ ਚੱਲ ਮੈਂ ਇਹ ਕਮੈਂਟਾਂ ਦੇ ਵਿੱਚ ਜਵਾਬ ਇਹਦਾ ਆਪਾਂ ਜ਼ਰੂਰ ਦੇਣਾ ਜੋ ਇਹਨਾਂ ਨੇ ਸਵਾਲ ਪੁੱਛਿਆ ਹੈ ਅਤੇ ਬਹੁਤ ਚੰਗਾ ਲੱਗਿਆ ਗੱਲਬਾਤ ਕਰਕੇ ਤੁਹਾਡੇ ਨਾਲ ਥੈਂਕ ਯੂ ਸੋ ਮਚ ਥੈਂਕ ਯੂ ਮੈਮ ਸਤਿ ਸ਼੍ਰੀ ਅਕਾਲ ਕ੍ਰਿਸ਼ਪੁਰੀ ਤਾਂ ਇਹ ਮੁੰਡੇ ਕਹਿ ਰਹੇ ਸੀ ਕਿ ਆਪਾਂ ਕੁੜੀਆਂ ਲੱਭ ਰਹੇ ਸੀ ਇੱਥੇ ਪਰ ਅਜੇ ਤੱਕ ਮਿਲੀ ਨਹੀਂ ਹੈ ਕੋਈ ਹੋ ਸਕਦਾ ਚੈਨਲ ਤੋਂ ਆਪਾਂ ਨੂੰ ਮਿਲ ਜਾਏ ਕਿੱਦਾਂ ਦੀ ਕੁੜੀ ਚਾਹੀਦੀ ਹੈ ਕੁੜੀ ਹੋਵੇ ਉੱਚੀ ਲੰਬੀ ਜਵਾਨ ਪੰਜਾਬਣ ਜੀ ਹੋਵੇ ਭੋਲੀ ਜੀ ਹੋਵੇ ਵਿਚਾਰੀ ਬਸ ਘਰਦਿਆਂ ਦੀ ਇੱਜ਼ਤ ਕਰੇ ਬਸ ਇਹੀ ਚਾਹੀਦੀ ਹੁਣ ਤਾਂ ਮੈਂ ਹੈਗੀ ਸੀ ਇੱਕ ਹੁਣ ਛੱਡ ਗਈ ਵਿਚਾਰੀ ਕਰਮਾਂ ਵਾਲੀ ਕਿਉਂ ਛੱਡ ਗਈ ਕਨੇਡਾ ਅੱਛਾ ਕਨੇਡਾ ਜੜਾ 'ਚ ਬਹਿ ਗਿਆ ਕਹਿੰਦੇ ਹੁੰਦੇ ਹੈ ਠੀਕ ਹੈ ਅਤੇ ਬਹਿੰਦਾ ਬਾਈ ਮੁੰਡਾ ਜਿਹੜਾ ਚੋਰ ਬਹਿੰਦਾ ਹੀ ਕੌਣ ਹੈ ਆਪਾਂ ਨਹੀਂ ਜਾਣਾ ਕਨੇਡਾ ਆਪਾਂ ਆਸਟ੍ਰੇਲੀਆ ਜਾਵਾਂਗੇ ਜੀ ਹੁਣ ਅੱਛਾ ਖੁਦ ਕਰਦੇ ਆਪਾਂ ਘਰਦਿਆਂ ਦੀ ਇੱਜ਼ਤ ਕਰਦੇ ਹਾਂ ਜੀ ਪੂਰੀ ਕਰਦੇ ਹਾਂ ਘਰਦੇ ਦੀ ਇੱਜ਼ਤ ਕੌਣ ਨਹੀਂ ਕਰਦਾ ਜੀ ਕਈ ਕੁੜੀ ਕੁੜੀ ਤੋਂ ਐਕਸਪੈਕਟ ਕਰਦੇ ਹਾਂ ਨਾ ਆਪਾਂ ਕਿ ਕੁੜੀ ਕਰੇ ਆਪਾਂ ਕਰਾਂਗੇ ਕੁੜੀ ਦੇ ਘਰਦਿਆਂ ਦੀ ਇੱਜ਼ਤ ਬਿਲਕੁਲ ਕਰਾਂਗੇ ਕਿਉਂ ਨਹੀਂ ਕਰਾਂਗੇ ਜੇ ਆਪਾਂ ਐਕਸਪੈਕਟ ਕਰ ਰਹੇ ਹਾਂ ਵੀ ਅੱਗੋਂ ਹੋਵੇ ਤਾਂ ਆਪਾਂ ਕਰਾਂਗੇ ਆਪ ਵੀ ਕਰਾਂਗੇ ਕਿਸੇ ਨੇ ਲਾਈਨ ਲਿਖੀ ਗਿਵ ਰਿਸਪੈਕਟ ਟੇਕ ਰਿਸਪੈਕਟ ਹੁਣ ਆਪਾਂ ਕਿਸੇ ਨੂੰ ਜੀ ਕਵਾਂਗੇ ਤਾਂ ਜੀ ਵੀ ਕਵਾਵਾਂਗੇ ਜੇ ਆਪਾਂ ਕਿਸੇ ਨੂੰ ਕਰਾਂਗੇ ਹੁਣ ਤੂੰ ਤੂੰ ਅਗਲਾ ਬੰਦਾ ਵੀ ਆਪਾਂ ਨੂੰ ਤੂੰ ਕਰੇਗਾ ਜੀ ਠੀਕ ਹੈ ਤਾਂ ਸਿੰਗਰ ਦੇ ਬ੍ਰਦਰ ਹੋ ਥੋੜਾ ਬਹੁਤ ਟੈਲੈਂਟ ਤਾਂ ਤੁਹਾਡੇ 'ਚ ਵੀ ਹੋਊਗਾ ਕੁਝ ਸੁਣਾਈ ਦਿਓ ਲਿਖਿਆ ਬਹੁਤ ਕੁਝ ਪਿਆ ਪਰ ਬੋਲਣਾ ਨਹੀਂ ਜੀ ਉੱਦਾਂ ਹੀ ਬੋਲ ਕੇ ਸੁਣਾ ਦਿਓ ਕੀ ਲਿਖਿਆ ਬੋਲਿਆ ਨਹੀਂ ਆਉਣਾ ਨਾ ਲਿਖਿਆ ਪਰ ਬੋਲਣ ਦਾ ਵੇ ਨਹੀਂ ਕਹਿੰਦੇ ਆਉਂਦਾ ਨਾ ਲਿਖਿਆ ਵੱਧ ਕੁਝ ਨਾ ਯਾਰ ਮੰਨਿਆ ਕਰੋ ਨਹੀਂ ਬੋਲਿਆ ਅਤੇ ਆਪਾਂ ਸਵਾਲ ਪੁੱਛਾਂਗੇ ਦੋ ਤੋਂ ਤਿੰਨ ਸਵਾਲ ਪੁੱਛਦੇ ਹਾਂ ਤੁਹਾਨੂੰ ਇੱਦਾਂ ਦੀ ਕਿਹੜੀ ਚੀਜ਼ ਹੈ ਜੋ 24 ਘੰਟਿਆਂ ਲਈ ਆਉਂਦੀ ਹੈ ਇੱਕ ਮਹੀਨੇ ਦੇ ਵਿੱਚ 24 ਘੰਟਿਆਂ ਲਈ ਆਉਂਦੀ ਹੈ ਇੱਕ ਮਹੀਨੇ ਵਿੱਚ ਇੱਕ ਮਹੀਨੇ 24 ਘੰਟੇ ਕਿਹੋ ਜਿਹੀ ਕਿਹੜੀ ਚੀਜ਼ ਹੈ 24 ਘੰਟਿਆਂ ਲਈ ਆਉਂਦੀ ਹੈ ਇੱਕ ਮਹੀਨੇ 'ਚ 24 ਘੰਟਿਆਂ ਲਈ ਆਉਂਦੀ ਹੈ ਸਿਰਫ ਇੱਕ ਮਹੀਨੇ 'ਚ 24 ਘੰਟਿਆਂ 'ਚ ਆਉਂਦੀ ਹੈ ਸਿਰਫ ਕਿਵੇਂ ਦੀ ਮਤਲਬ ਕੀ ਚੀਜ਼ ਹੈ ਉਹੀ ਤਾਂ ਦੱਸਣਾ ਨਹੀਂ ਉਹ ਆਪਾਂ ਐਂਡ ਤੇ ਦੱਸਣਾ ਨਹੀਂ ਕੋਈ ਹਿੰਟ ਹਿੰਟ ਆਪਾਂ ਦਿਨ ਵਗੈਰਾ ਜਿਵੇਂ ਇਦਾਂ ਦਾ ਕੁਛ ਹੀ ਕਹਿ ਸਕਦੇ ਆ ਦਿਨ ਹੈ चलो दूसरा सवाल पूछते हैं वो केड़ी चीज है जेड़ी रात नू बिना दसे आंदी है ते सवेरे बिना दसे चली जांदी है नींद ही नींद ही इस ताजी नींद चोर हो सकता ਯਾ ਚੋਰ ਹੋ ਸਕਦਾ ਯਾ ਨਹੀਂ ਤੇ ਦੋਵਾਂ ਚੀਜ਼ਾਂ ਜੇ ਕੀ ਹੋ ਸਕਦਾ ਸਵਾਲ ਦਾ ਜਵਾਬ ਦੇ ਦਿਓ ਫਿਰ ਹੈ ਜੀ ਸਵਾਲ ਦਾ ਜਵਾਬ ਦੇ ਦਿਓ ਫਿਰ ਸਵਾਲ ਕੀ ਹੈ ਜੀ ਦੱਸੋ ਸਵਾਲ ਇਹ ਹੈ ਕਿਹੜੀ ਚੀਜ਼ ਹੈ ਜੋ ਰਾਤ ਨੂੰ ਬਿਨਾਂ ਦੱਸੇ ਆਉਂਦੀ ਹੈ ਤੇ ਸਵੇਰੇ ਰਾਤ ਨੂੰ ਬਿਨਾਂ ਦੱਸੇ ਆਉਂਦੀ ਹੈ ਸਵੇਰੇ ਬਿਨਾਂ ਦੱਸੇ ਚਲੀ ਜਾਂਦੀ ਹੈ ਨੀਂਦ ਪਾ ਸਵਾਲ ਰਾਤ ਨੂੰ ਬਿਨਾਂ ਦੱਸੇ ਆਉਂਦੀ ਹੈ ਸਵੇਰੇ ਬਿਨਾਂ ਦੱਸੇ ਚਲੀ ਜਾਂਦੀ ਹੈ ਕੁੜੀ ਦੀ ਯਾਦ ਆਉਂਦੀ ਹੈ ਰਾਤੀ ਸਵੇਰੇ ਬਿਨਾਂ ਦੱਸੇ ਚਲੇ ਜਾਂਦੀ ਹੈ ਨੀਂਦ ਹੋ ਗਈ ਕਹਿੰਦੀ ਗਲਤ ਹੈ ਮੈਨੂੰ ਕੁੜੀ ਦੀ ਯਾਦ ਆਉਂਦੀ ਹੈ ਰਾਤੀ ਸਵੇਰੇ ਚਲੇ ਜਾਂਦੀ ਹੈ ਫਿਰ ਜਦੋਂ ਅੱਖ ਖੁੱਲਦੀ ਹੈ ਫਿਰ ਪਤਾ ਲੱਗਦਾ ਹੈ ਹੀ ਨਹੀਂ ਕੋਈ ਜਿਹਨੂੰ ਯਾਦ ਕਰ ਰਿਹਾ ਸੀ
ਇਹਨਾਂ ਦਾ ਤਾਂ ਦਿਲ ਟੁੱਟਿਆ ਲੱਗਦਾ, ਸੋ ਇਹਨਾਂ ਦਾ ਦਿਮਾਗ ਕਿਤੇ ਹੋਰ ਘੁੰਮ ਰਿਹਾ ਸੀ। ਨਹੀਂ ਟੁੱਟਿਆ ਲੱਗਦਾ, ਦਿਲ ਤਾਂ ਜੋੜਨ ਵਾਲਾ ਬੰਦਾ ਮੈਂ। ਹੋਰ ਕੋਈ ਜਵਾਬ, ਹੋਰ ਕੋਈ ਜਵਾਬ? ਹੋਰ ਤਾਂ ਹੀ ਹੈ, ਰਾਤ ਹੀ ਹੈ, ਹੁਣ ਹਨੇਰਾ ਹੀ ਆਊਗਾ ਰਾਤ ਨੂੰ, ਉਹਨੇ ਕਿਹੜਾ ਪੁੱਛ ਕੇ ਆਣਾ। ਇਹ ਸਭ ਤੋਂ ਈਜ਼ੀ ਹੈ, ਇੱਦਾਂ ਦਾ ਕਿਹੜਾ ਰੂਮ ਹੈ ਜਿਹਦੇ ਨਾਲ ਖਿੜਕੀ ਹੁੰਦੀ ਹੈ ਨਾ ਦਰਵਾਜ਼ਾ ਹੁੰਦਾ ਹੈ? ਰੂਮ ਇੱਦਾਂ ਦਾ ਕਿਹੜਾ ਹੈ ਜਿਹਦੇ ਨਾਲ ਖਿੜਕੀ ਹੈ ਨਾ ਦਰਵਾਜ਼ਾ ਹੈ? ਮੈਡਮ ਤੁਸੀਂ ਗਵਾਲ ਹੀ ਗਲਤ ਪੁੱਛ ਰਹੇ ਹੋ, ਸਿਰਫ ਚਲੋ ਠੀਕ ਹੈ। ਹੋਰ ਕੋਈ ਗੱਲ? ਆਨਸਰ ਤਾਂ ਦੱਸ ਦੋ ਕੀ ਸੀ। ਆਨਸਰ ਆਪਾਂ ਐਂਡ ਤੇ ਸ਼ੋ ਕਰਾਂਗੇ, ਬਿਲਕੁਲ ਪ੍ਰੋਗਰਾਮ ਦੇ ਐਂਡ ਤੇ ਰਿਵੀਲ ਕਰਾਂਗੇ। हिंदी में पूछो आप, मैं फिर बताऊंगा आपको। हिंदी से ऐसा कौन सा रूम है जिसका ना कोई दरवाजा ना कोई खिड़की है? दरवाजा है ना खिड़की है, पर वो रूम है। बाथरूम ता हुंदा है। सनरूम, सनरूम केड़ा आ गया जेड़ा मैं साले जेड़ा रूम ही है, दुनिया रूम ही है, बंद ही हो जानी किथे किथे। मैडम कुड़िया का दिल ਨਾ ਉੱਥੇ ਬੰਦਾ ਹਰ ਕੋਈ ਜਾ ਸਕਦਾ ਉੱਥੇ, ਕਿਉਂਕਿ ਕੁੜੀਆਂ ਨੂੰ ਅੱਜ ਕੱਲ੍ਹ ਚਾਹੀਦੇ ਹੈ ਇੱਕ ਬੁਆਏਫ੍ਰੈਂਡ, ਇੱਕ ਬੈਸਟ ਫਰੈਂਡ, ਇੱਕ ਇੱਕ ਗੱਲ ਕਰਨ ਲਈ, ਇੱਕ ਚੈਟ ਕਰਨ ਲਈ, ਇੱਕ ਮੂਵੀ ਦੇਖਣ ਲਈ। ਸੋ ਕੁੜੀਆਂ ਤੋਂ ਜਿੰਨਾ ਬਚ ਹੁੰਦਾ, ਕਹਿੰਦੇ 365 ਚਰਿੱਤਰ ਨਾਰਦੇ ਸਾਰਾ ਸਾਲ ਬੰਦੇ ਨੂੰ ਮਾਰਦੇ। ਸੋ ਜਿਹੜੇ ਹਿੰਦੀ ਵਾਲਿਆਂ ਨੂੰ ਸਹੀ ਸਮਝ ਆਉਂਦਾ ਉਹ ਕਹਿੰਦੇ ਬਈ 365 ਦਿਨ ਹੁੰਦੇ ਆ, ਜਿਹਨਾਂ 'ਚ 365 ਡੇਜ਼ ਹੁੰਦੇ ਆ। ਇੱਕ ਕੁੜੀ ਇੱਕ ਦਿਨ 'ਚ ਕਰੈਕਟਰ ਫੜਦੀ ਹੈ ਅਤੇ ਬੰਦਾ ਕਹਿੰਦਾ ਸਾਲਾ ਯਾਰ ਪਿਛਲੇ ਦਿਨ ਜਿਹੜੀ ਸੀਗੀ ਅੱਜ ਤਾਂ ਵੱਖਰੀ ਹੈ। ਸੋ 365 ਚਰਿੱਤਰ ਨਾਰਦੇ ਸਾਰਾ ਸਾਲ ਬੰਦੇ ਨੂੰ। ਜਿੰਨੇ ਵੀ ਸਵਾਲ ਸੀਗੇ ਮੇਰੇ ਦਿਮਾਗ 'ਚੋਂ, ਸਵਾਲ ਹੀ ਸਾਰੇ ਸਕਿੱਪ ਹੋ ਗਏ, ਆਪਾਂ ਕਿਤੇ ਹੋਰ ਹੀ ਨਿਕਲ ਗਏ ਸੀ। ਭਰਾ ਨਾਲ ਹੀ ਗੱਲ ਕਰਕੇ ਚਲੋ, ਥੈਂਕ ਯੂ ਸੋ ਮੱਚ, ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਗੱਲ ਕਰਕੇ। ਓਕੇ ਥੈਂਕ ਯੂ। ਕੀ ਨਾਮ ਹੈ ਸਰ ਤੁਹਾਡਾ? ਮੇਰਾ ਨਾਮ ਹੈ ਜੱਸੂ। ਓਕੇ ਤੁਹਾਡਾ ਕੀ ਨਾਮ ਹੈ? ਬਲਜਿੰਦਰ। ਓਕੇ ਦੀਪੀ ਹਰਪ੍ਰੀਤ। ਕੀ ਕਰ ਰਹੇ ਹੋ ਤੁਸੀਂ ਸਾਰੇ ਇੱਥੇ? ਅਸੀਂ ਇੱਥੇ ਹੀ ਘੁੰਮਣ ਆਏ ਹਾਂ ਜੀ। ਅੱਛਾ, ਬੇਸਿਕਲੀ ਮਤਲਬ ਇੱਥੇ ਰਹਿੰਦੇ ਆ ਕਿ ਬਾਹਰੋਂ ਆਏ ਹੋ? ਨਹੀਂ ਨਹੀਂ, ਬਾਹਰੋਂ ਆਏ ਤੇ ਸੰਗਰੂਰ ਤੋਂ। ਅੱਛਾ, ਉੱਧਰ ਰਹਿੰਦੇ ਆ ਕਿ ਸਪੈਸ਼ਲੀ ਘੁੰਮਣ ਲਈ ਹੀ ਆਏ ਹੋ? ਸਪੈਸ਼ਲੀ ਘੁੰਮਣ ਲਈ ਆਏ ਜੀ। ਅੱਛਾ, ਕਿਵੇਂ ਲੱਗ ਰਿਹਾ? ਵਧੀਆ ਲੱਗ ਰਿਹਾ ਜੀ, ਇੱਕ ਨੰਬਰ ਮਾਹੌਲ ਆ ਜੀ। ਅੱਛਾ, ਕੀ ਸੋਚ ਕੇ ਆਏ ਸੀ? ਕੁਛ ਨਹੀਂ, ਘੁੰਮਣ ਵਾਲੀ ਸੋਚ ਕੇ ਆਏ ਸੀ, ਘੁੰਮ ਕੇ ਆਵਾਂਗੇ, ਪਾਪੂ ਵਿੱਚ ਜਾ ਕੇ ਆਵਾਂਗੇ ਤੇ ਥੋੜਾ ਮੋਟਾ ਇੰਜੋਏ ਵੀ ਕਰਕੇ ਆਵਾਂਗੇ। ਗਏ ਪਾਪ ਫਿਰ? ਨਹੀਂ ਜਾਣਾ ਹਜੇ ਤਾਂ, ਟਾਈਮ ਨਹੀਂ ਹੋਇਆ, ਹਜੇ ਟਾਈਮ ਨਹੀਂ ਹੋਇਆ ਹਜੇ ਪਾਪੂ ਦਾ। ਸੁਣਾ ਦੋ, ਕੋਈ ਗੱਲ ਨੀ ਹੈ। ਇਹ ਮੁੰਡੇ ਨੂੰ ਆਉਂਦਾ ਜੀ, ਜਿਵੇਂ ਮਰਜ਼ੀ ਹੁੰਦਾ, ਕੋਈ ਗੱਲ ਨੀ, ਬਥੇਰੇ ਲੋਕਾਂ ਨੇ ਜੀ। ਇਹ ਮੁੰਡੇ ਨੂੰ ਆਉਂਦਾ ਜੀ, ਸੁਣਾ ਦੋ ਕੋਈ ਗੱਲ। ਇਹਨਾਂ ਸਾਰਿਆਂ ਨੇ ਤੁਹਾਡੇ ਵੱਲ ਉਂਗਲ ਕੀਤੀ, ਇਟ ਮੀਨਸ ਤੁਹਾਡੇ 'ਚ ਟੈਲੈਂਟ ਹੈਗਾ। ਟੈਲੈਂਟ ਹੈ ਜੀ, ਇੱਕ ਨੰਬਰ ਹੈ। ਨਹੀਂ ਇਹ ਮੁੰਡੇ ਨੂੰ ਆਉਂਦਾ ਜੀ, ਇਹਨਾਂ ਦੀ ਮੈਨੂੰ ਲੱਗਦਾ ਗਰਾਰੀ ਇੱਥੇ ਅੜੀ ਹੋਈ ਹੈ, ਇਹ ਮੁੰਡੇ ਨੂੰ ਆਉਂਦਾ ਜੀ, ਇਹ ਇਹਨਾਂ ਦਾ ਗਾਣਾ ਹੈ, ਤੁਸੀਂ ਸੁਣਾ ਦਿਓ। ਮੈਨੂੰ ਤਾਂ ਆਉਂਦਾ ਨਹੀਂ, ਕੁਛ ਸ਼ੇਅਰ ਵਗੈਰਾ ਕੁਛ ਵੀ ਕਰਦਾ ਜੀ ਉਹ ਤੋਂ ਸੁਣਾਓ। ਮੈਂ ਚੰਡੀਗੜ੍ਹ ਵਾਲਾ ਸੁਣਾਵਾਂ ਜੀ। ਸੁਣਾ ਦਿਓ ਕਿਹੜਾ ਸੁਣਾਵਾਂ ਜੀ? ਓਹ ਕਿਹੜਾ ਗਾਣਾ ਸੁਣਾਈਏ? ਪਿੰਡੋ ਚੰਡੀਗੜ੍ਹ ਮੁੰਡਾ ਗਿਆ ਨਵਾਂ ਨਵਾਂ ਸੀ, ਨਸ਼ੇ ਪੱਤੇ ਵੱਲ ਗਾਕਾ ਜਾਤ ਉਹਦਾ ਬੋਲੇ ਹੀ ਨਹੀਂ ਯਾਰ। ਸਪੋਰਟ ਕਰਨਾ ਚਾਹੀਦਾ ਇੱਦਾਂ ਦੇ, ਮਾੜੀ ਮੋਟੀ ਵਾ ਵਾ ਵੀ ਨਹੀਂ ਕਰ ਰਹੀ। ਹਾੜੇ ਹਾੜੇ ਇੱਕ ਮਿੰਟ, ਸ਼ੁਰੂ ਤੋਂ ਹੀ ਗਾ ਦੀ ਇੱਕ ਮਿੰਟ, ਸ਼ੁਰੂ ਤੋਂ ਹੀ ਗਾਉਣਾ। ਸਪੀਕਿੰਗ ਹੋ ਗਈ। ਪਿੰਡੋ ਚੰਡੀਗੜ੍ਹ ਮੁੰਡਾ ਗਿਆ ਨਵਾਂ ਨਵਾਂ ਸੀ, ਨਸ਼ੇ ਪੱਤੇ ਵੱਲ ਗਾਕਾ ਝਾਕਦਾ ਨਾ ਜਮਾ ਸੀ, ਪਹਿਲਾਂ ਵੀਰ ਤੇ ਆਇਆ ਫਿਰ ਹਟੇ ਨਾ ਹਟਾਇਆ, ਪਹਿਲਾਂ ਵੀਰ ਤੇ ਆਇਆ ਫਿਰ ਹਟੇ ਨਾ ਹਟਾਇਆ, ਟੱਲੀ ਰਹਿੰਦਾ ਏ ਬ੍ਰਾਂਡ ਵੀ ਨਾ ਦੇਖੇ ਨੀ, ਹੁਣ ਮੁੰਡਾ ਵਿਗੜ ਗਿਆ ਅੱਧੀ ਰਾਤ ਨੂੰ ਗਲਾਉਂਦਾ ਏ ਠੇਕੇ। ਵਾਹ ਬਹੁਤ ਵਧੀਆ ਗਿਆ। ਕਿੰਨੀ ਕੁ ਰਿਐਲਿਟੀ ਹੈ ਗਾਣੇ 'ਚ? ਖਲਵਾਉਂਦੇ ਅੱਧੀ ਰਾਤ ਨੂੰ ਠੇਕੇ ਕਿ ਨਹੀਂ? ਹਾਂਜੀ ਜ਼ਰੂਰ ਖਲਵਾਉਂਦੇ। ਮੈਂ ਸੋਚਿਆ ਸੀ ਇਹ ਸ਼ਕਲੋ ਇਹ ਮੁੰਡਾ ਬਹੁਤ ਸ਼ਰੀਫ ਜਿਹਾ ਲੱਗ ਰਿਹਾ, ਵੀ ਮੈਨੂੰ ਇਹ ਕਹਿਣਾ ਪਊ ਬਹੁਤ ਚੰਗੀ ਗੱਲ ਹੈ, ਦੂਰ ਰਹਿਣਾ ਚਾਹੀਦਾ। ਪ੍ਰਮੋਟ ਕਰਦੇ ਨਸ਼ਾ ਤੇ ਇਲਜ਼ਾਮ ਹੈ ਬਹੁਤ ਵੱਡਾ, ਇਲਜ਼ਾਮ ਲੱਗ ਰਿਹਾ ਬਹੁਤ ਵੱਡਾ ਨਸ਼ਾ ਨੂੰ ਪ੍ਰਮੋਟ ਕਰਦੇ। ਨਾ ਨਾ ਇਹਦਾ ਮਜ਼ਾਕ ਕਰ ਰਿਹਾ ਵੈਸੇ।
ਹੋਰ ਗੱਲਬਾਤ ਕੋਈ ਸੁਣਾਓ ਚੰਡੀਗੜ੍ਹ ਆਏ ਤੁਸੀਂ ਚੰਡੀਗੜ੍ਹ ਆਇਆ ਚੰਡੀਗੜ੍ਹ ਹੁਣ ਗੇੜੀ ਕਿਵੇਂ ਲੱਗਿਆ ਚੰਡੀਗੜ੍ਹ ਕਿਵੇਂ ਲੱਗਿਆ ਚੰਡੀਗੜ੍ਹ ਘੈਂਟ ਆ ਵੈਸੇ ਮਾਹੌਲ ਵੀ ਵਧੀਆ ਬਣਿਆ ਪਿਆ ਹੁਣ ਓਕੇ ਤਾਂ ਜੇ ਆਪਾਂ ਸਵਾਲ ਪੁੱਛੀਏ ਤੁਹਾਡੇ ਤੋਂ ਜਵਾਬ ਦੇਣੇ ਹੁੰਦੇ ਆ ਤੁਸੀਂ ਕਿ ਇੱਦਾਂ ਦੀ ਕਿਹੜੀ ਚੀਜ਼ ਹੈ ਜਿਹਦੇ ਸਿਰ ਵੀ ਹੁੰਦਾ ਪੂੰਛ ਵੀ ਹੁੰਦੀ ਹੈ ਸਰੀਰ ਨਹੀਂ ਹੁੰਦਾ ਸਿਰ ਵੀ ਹੁੰਦਾ ਪੂੰਛ ਵੀ ਹੁੰਦੀ ਹੈ ਸਰੀਰ ਨਹੀਂ ਹੁੰਦਾ ਸਰੀਰ ਨਹੀਂ ਹੁੰਦਾ एक हिंट दे दें कि कोई जानवर जा पंछी कुछ नहीं है फिर औखा थोड़ा फिर औखा कोई इदा की चीज जिन्हू पूरी दुनिया के डुबन तो कोई नहीं रोक सकता बहुत ईजीली है ਉਹਨੂੰ ਡੁੱਬਣ ਤੋਂ ਇਨਸਾਨ ਬਚਾ ਸਕਦਾ ਪਰ ਪੂਰੀ ਦੁਨੀਆ 'ਚ ਉਹਨੂੰ ਡੁੱਬਣ ਤੋਂ ਕੋਈ ਨਹੀਂ ਰੋਕ ਸਕਦਾ ਕੋਈ ਇੱਦਾਂ ਦੀ ਚੀਜ਼ ਹੈ ਉਹ ਬਹੁਤ ਸੌਖੀ ਚੀਜ਼ ਹੈ ਅਤੇ ਇਹ ਸਾਰੀਆਂ ਚੀਜ਼ਾਂ ਉਹਦੇ ਬਹੁਤ ਕਲੋਜ਼ ਹੈ ਹਵਾ ਪਾਣੀ ਮਿੱਟੀ ਸਭ ਆਪਸ਼ਨ ਦੋ ਤਿੰਨ ਆਪਸ਼ਨ ਬਹੁਤ ਵੱਡੀ ਆਪਸ਼ਨ ਹੈ ਕਿ ਉਹ ਡੇਲੀ ਡੁੱਬਦੀ ਹੈ ਨਹੀਂ ਐਵੇਂ ਨਹੀਂ ਜਿਵੇਂ ਪਹਿਲਾਂ ਐਮ ਸੀ ਕਿਉਂ ਨਹੀਂ ਆਉਂਦੇ ਹੁੰਦੇ ਤਿੰਨ ਆਪਸ਼ਨ ਵਾਲੇ ਉਵੇਂ ਆਪਸ਼ਨ ਦੋ ਸਾਨੂੰ ਉਹ ਤਾਂ ਫਿਰ ਬਹੁਤ ਈਜ਼ੀ ਹੋ ਜੂਗਾ ਸਾਡੀ ਡੇਲੀ ਲਾਈਫ 'ਚ ਆਉਂਦੀ ਹੈ ਕਿ ਨਹੀਂ ਆਉਂਦੀ ਡੇਲੀ ਲਾਈਫ 'ਚ ਸਭ ਤੋਂ ਵੱਡਾ ਹਿੰਟ ਦੇ ਦਿੰਦੇ ਇਹ ਤੋਂ ਬਾਅਦ ਤੁਸੀਂ ਗੈਸ ਕਰ ਹੀ ਲੈਣਾ ਹੈ ਕਿ ਜਿੰਨਾ ਟਾਈਮ ਉਹ ਚੀਜ਼ ਨਹੀਂ ਆਉਂਦੀ ਉਨਾ ਟਾਈਮ ਆਪਣੇ ਦਿਨ ਦੀ ਸ਼ੁਰੂਆਤ ਹੀ ਨਹੀਂ ਹੁੰਦੀ ਟਾਈਮ ਮੈਡਮ ਇਹ ਵੀ ਨਹੀਂ ਹੈ ਸਵੇਰੇ ਆਪਾਂ ਉੱਠਣ ਸਾਰਾ ਟਾਈਮ ਹੀ ਦੇਖਦੇ ਹਾਂ ਉਸ ਚੀਜ਼ ਦੇ ਆਉਣ ਨਾਲ ਹੀ ਸਵੇਰ ਹੁੰਦੀ ਹੈ ਸੂਰਜ ਮੁਸ਼ਕਿਲ ਨਾਲ ਜਵਾਬ ਦਿੱਤਾ ਉਹਨੂੰ ਥੈਂਕ ਯੂ ਸੋ ਮੱਚ ਬਹੁਤ ਵਧੀਆ ਲੱਗਿਆ ਗੱਲ ਕਰਕੇ ਥੈਂਕ ਯੂ ਸੋ ਮੱਚ ਸਤਿ ਸ਼੍ਰੀ ਅਕਾਲ ਤਾਂ 3B2 ਦੀ ਗੇੜੀ ਦੇ ਦੌਰਾਨ ਆਪਣੇ ਨਾਲ ਇਸ ਵੇਲੇ ਮੌਜੂਦ ਨੇ ਅਰਮਾਨ ਬੇਦਿਲ ਖਾਸ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕੀ ਹਾਲ ਨੇ ਬਹੁਤ ਵਧੀਆ ਤੁਸੀਂ ਸੁਣਾਓ ਠੀਕ ਠਾਕ ਹੋ ਬਹੁਤ ਵਧੀਆ ਕਿਵੇਂ ਗੇੜੀ ਵੱਜੀ 3B2 ਦੀ ਬਸ ਜੀ ਅੱਜ ਜੀ ਕਰਿਆ ਹੁਣ ਮਿਲ ਲਈਏ ਮੈਂ ਦੋਸਤਾਂ ਮਿੱਤਰਾਂ ਨੂੰ ਸਾਡੀ ਫਿਲਮ ਆ ਰਹੀ ਜੀ ਮੁੰਡਾ ਸਾਊਥ ਹਾਲ ਦਾ 4 ਤਰੀਕ ਨੂੰ ਅਤੇ ਬਸ ਅਪੀਲ ਕਰਨ ਆਇਆ ਬਸ ਸਪੋਰਟ ਲੈਣ ਆਇਆ ਜਿਵੇਂ ਸਾਨੂੰ ਲੱਗਦਾ ਮੈਨੂੰ ਲੱਗਦਾ ਕਿ ਸਾਡੇ ਕੰਮ ਨੂੰ ਜਿਹੜੇ ਦੋਸਤ ਨੇ ਸਾਡੇ ਫੈਮਿਲੀ ਆ ਪਿਆਰ ਦਿੰਦੀ ਆ ਸਾਡੀ ਫਿਲਮ ਪਹਿਲੀ ਆ ਰਹੀ ਆ ਅਤੇ ਉਹਨੂੰ ਵੀ ਪਿਆਰ ਦਿਓਗੇ ਕੀ ਖਾਸ ਵੱਖਰਾ ਮੈਸੇਜ ਕੀ ਹੈ ਫਿਲਮ ਦੇ ਵਿੱਚ ਜਾਂ ਐਂਟਰਟੇਨਮੈਂਟ ਲਈ ਕੀ ਵੱਖਰਾ ਹੈ ਦੇਖੋ ਇੱਕ ਤਾਂ ਪੂਰੀ ਪਰਿਵਾਰਕ ਫਿਲਮ ਹੈ ਇੱਕ ਵੀ ਡਾਇਲੋਗ ਫਿਲਮ ਵਿੱਚ ਇੱਦਾਂ ਦੀ ਨਹੀਂ ਹੈਗਾ ਜਿਹੜਾ ਜਿਹੜਾ ਤੁਸੀਂ ਆਪਣੀ ਪਰਿਵਾਰ ਨਾਲ ਨਾ ਦੇਖ ਸਕੋ ਔਰ ਸੁੱਖ ਸੰਗੇੜੇ ਵੀਰ ਦੀ ਪਹਿਲੀ ਲਿਖੀ ਫਿਲਮ ਆ ਉਹ ਡਾਇਰੈਕਟ ਕੀਤੀ ਆ ਮੇਰੀ ਪਹਿਲੀ ਫਿਲਮ ਆ ਸੋ ਨਾਲ ਤਨੂ ਗਰੇਵਾਲ ਨੇ ਸੋ ਪੂਰੀ ਪਰਿਵਾਰਕ ਫਿਲਮ ਔਰ ਪੂਰੀ ਕਮੇਡੀ ਜਾਂ ਐਂਟਰਟੇਨਮੈਂਟ ਆ ਔਰ ਤੁਹਾਨੂੰ ਸਿੱਖਣ ਨੂੰ ਮਿਲੂਗਾ ਹੁਣ ਸਮਾਂ ਘੱਟ ਹੈ ਜੇ ਤੁਸੀਂ ਮੇਰੇ ਨਾਲ ਸੋਸ਼ਲ ਮੀਡੀਆ 'ਤੇ ਜੁੜੋਗੇ ਮੈਂ ਦੱਸੂਗਾ ਮੇਰੀ ਫਿਲਮ ਬਾਰੇ ਅਤੇ 4 ਤਰੀਕ ਨੂੰ ਆਪਣਾ ਕੀਮਤੀ ਸਮਾਂ 'ਚ ਸਮਾਂ ਕੱਢ ਕੇ ਪਲੀਜ਼ ਮੁੰਡਾ ਸਾਊਥ ਹਾਲ ਦਾ ਦੇਖਣ ਜਾਇਓ ਥੈਂਕ ਯੂ ਸੋ ਮੱਚ ਬੈਸਟ ਵਿਸ਼ਸ ਤੁਹਾਡੇ ਕੀ ਨਾਮ ਹੈ ਸਰ ਤੁਹਾਡਾ ਏਵਨਜੋਤ ਸਿੰਘ ਸੰਧੂ ਮੈਡਮ ਓਕੇ ਤੁਹਾਡਾ ਕੀ ਨਾਮ ਹੈ ਅਨਮੋਲਪ੍ਰੀਤ ਸਿੰਘ ਚਾਹਲ ਓਕੇ ਸੋ ਇੱਥੇ ਕਿਵੇਂ ਫਿਲਹਾਲ ਅੱਜ ਫ੍ਰੀ ਸੀਗੇ ਥੋੜ੍ਹਾ ਟਾਈਮ ਤੋਂ ਸੋ ਮੈਂ ਕਿਹਾ ਚਲੋ ਗੇੜਾ ਕੱਢਿਆ ਆਵਾਜ਼ ਬਹੁਤ ਵਧੀਆ ਤੁਹਾਡੀ ਬੇਸ ਬਹੁਤ ਹੈ ਆਵਾਜ਼ ਵਿੱਚ ਬਹੁਤ ਬਹੁਤ ਸ਼ੁਕਰੀਆ ਮੈਮ ਐਕਟਿੰਗ ਵਗੈਰਾ ਵਿੱਚ ਟ੍ਰਾਈ ਨਹੀਂ ਮੈਮ ਸ਼ੌਕ ਵੀ ਨਹੀਂ ਹੈ ਨਹੀਂ ਓਕੇ ਸੋ ਕੋਈ ਸੌਂਗ ਵਗੈਰਾ ਜਾਂ ਕੁਛ ਇੱਦਾਂ ਗਾਉਣ ਦਾ ਸ਼ੌਕ ਹੋਵੇ ਜਾਂ ਕੁਛ ਸ਼ਾਇਰੀ ਹੋਵੇ ਤਾਂ ਸ਼ੌਕ ਹੈਗਾ ਫਿਲਹਾਲ ਐਕਚੁਅਲੀ ਅਸੀਂ ਤਾਂ ਲਾਈਨ ਹੋਰ ਹੈ ਸਾਡੀ ਸਾਡੀ ਕਿ ਸਿਵਲ ਸਰਵਿਸ ਵਾਲੀ ਲਾਈਨ ਓਕੇ ਜੀ ਇੰਟੈਲੀਜੈਂਟ ਸਟੂਡੈਂਟਸ ਨਹੀਂ ਇੰਟੈਲੀਜੈਂਟ ਨਹੀਂ ਕਹਿ ਸਕਦੇ ਨਾ ਤਾਂ ਅਸੀਂ ਬੈਕ ਬੈਂਚਰ ਜਾਂਦੇ ਹਾਂ ਨਾ ਫਰੰਟ ਦੇ ਵਿੱਚ ਮਿਡਲ ਸੈਂਟਰ ਵਾਲੇ ਸੈਂਟਰਲ ਤੋਂ ਇੱਕ ਬੈਂਕਰ ਜੀ ਓਕੇ ਸੋ ਜੇ ਆਪਾਂ ਸਵਾਲ ਪੁੱਛੀਏ ਕੁਛ ਮਤਲਬ ਨੋਰਮਲ ਹੈ ਬੇਸਿਕ ਜੇ ਬੁਝਾਰਤਾਂ ਹੁੰਦੀਆਂ ਜਿਵੇਂ ਉਹ ਕਿਹੜੀ ਚੀਜ਼ ਹੈ ਜਿਹਨੂੰ ਡੁੱਬਣ ਤੋਂ ਪੂਰੀ ਦੁਨੀਆ ਦੇ ਵਿੱਚ ਕੋਈ ਨਹੀਂ ਰੁਕ ਸਕਦਾ ਈਜ਼ੀ ਹੈ ਜਿਹੜੀ ਚੀਜ਼ ਨੂੰ ਪੂਰੀ ਦੁਨੀਆ ਦੇ ਵਿੱਚ ਕੋਈ ਵੀ ਇਨਸਾਨ ਉਹਨੂੰ ਡੁੱਬਣ ਤੋਂ ਨਹੀਂ ਰੋਕ ਸਕਦਾ ਤੇਲ ਨਹੀਂ
ਡੁੱਬਣ ਤੋਂ ਕੋਈ ਨਹੀਂ ਰੋਕ ਸਕਦਾ ਕਿਹੜੀ ਚੀਜ਼ ਆ ਨਹੀਂ ਮੈਡਮ ਮੈਂ ਬਾਜ਼ਾਰ ਤੋਂ ਅੱਛਾ ਤੁਹਾਨੂੰ ਨਹੀਂ ਮੈਨਾਂ ਹੱਥ ਖੜੇ ਆ ਮੇਰੇ ਠੀਕ ਹੈ ਤੇ ਇੱਕ ਹੋਰ ਕਿ ਉਹ ਕਿਹੜੀ ਚੀਜ਼ ਹੈ ਜੋ ਰਾਤ ਨੂੰ ਬਿਨਾਂ ਦੱਸੇ ਆਉਂਦੀ ਹੈ ਸਵੇਰੇ ਬਿਨਾਂ ਦੱਸੇ ਚੱਲੀ ਜਾਂਦੀ ਹੈ ਨਹੀਂ ਬਿਨਾਂ ਦੱਸੀ ਆ ਜਾਂਦੀ ਜਿਵੇਂ ਹੁਣ ਬੈਠਾ ਕਈ ਵਾਰ ਬੰਦਾ ਫੋਨ ਫੋਨ ਚਲਾਉਂਦਾ ਹੁੰਦਾ ਉਹਦਾ ਆਪਾਂ ਨੂੰ ਪਤਾ ਹੀ ਨਹੀਂ ਚੱਲਦਾ ਬਿਲਕੁਲ ਵੀ ਨਹੀਂ ਪਤਾ ਚੱਲਦਾ ਵੀ ਰਾਤ ਨੂੰ ਲਾਈਟ ਲਾਈਟ ਵੀ ਭੱਜ ਜਾਂਦੀ ਕਈ ਵਾਰ ਬਿਨਾਂ ਦੱਸੇ ਚੱਲੀ ਹੋਰ ਕੋਈ ਚੀਜ਼ ਕਿਵੇਂ ਸੀ ਕੁਐਸਚਨ ਰਾਤ ਨੂੰ ਬਿਨਾਂ ਦੱਸੇ ਆਉਂਦੀ ਹੈ ਬਿਨਾਂ ਦੱਸੇ ਹੀ ਚੱਲੀ ਜਾਂਦੀ ਹੈ ਬਿਨਾਂ ਦੱਸੇ ਆਉਂਦੀ ਹੈ ਨਹੀਂ ਸੁਪਨੇ ਵੀ ਬਿਨਾਂ ਦੱਸੇ ਆਉਂਦੇ ਆ ਚਲੇ ਜਾਂਦੇ ਆ ਉਸ ਚੀਜ਼ ਦਾ ਜ਼ਿਕਰ ਗਾਣਿਆਂ 'ਚ ਬਹੁਤ ਜ਼ਿਆਦਾ ਹੁੰਦਾ ਹਾਂਜੀ ਗਾਣਿਆਂ 'ਚ ਬਹੁਤ ਜ਼ਿਆਦਾ ਜ਼ਿਕਰ ਹੁੰਦਾ ਉਸ ਚੀਜ਼ ਦਾ ਮੈਂ ਆਪਣਾ ਵਸਤਾ ਗਾਣੇ ਬੜੇ ਘੱਟ ਸੁਣਦੇ ਆ ਉਦਾਂ ਵੀ ਬਹੁਤ ਸੋਹਣੀ ਸੋਹਣੀ ਕੁਝ ਆਪਾਂ ਹੋਰ ਗੱਲ ਕਰ ਲੈਂਦੇ ਆ ਬਜ਼ਾਰਤਾ ਤੋਂ ਲਾਹਟ ਕੇ ਕਿਸੇ ਨੇ ਨਹੀਂ ਦਿੱਤੇ ਜਵਾਬ ਕੋਈ ਚੱਕਰ ਨਹੀਂ ਬਸ ਫਿਰ ਮੈਡਮ ਸਾਡੇ ਮੈਨੂੰ ਪਤਾ ਇਸ ਚੀਜ਼ ਦਾ ਨਹੀਂ ਆਉਂਦਾ ਨਹੀਂ ਓਕੇ ਕੋਈ ਗੈਸ ਤਾਂ ਲਗਾਓ ਨਾ ਗੈਸ ਹੁਣ ਕੀ ਲਾ ਸਕਦੇ ਨੀਂਦ ਵੀ ਨਹੀਂ ਹੋ ਸਕਦੀ ਜਿਹੜੀ ਰਾਤ ਨੂੰ ਆਉਂਦੀ ਆ ਰਾਤ ਨੂੰ ਬਿਨਾਂ ਦੱਸੇ ਆਉਂਦੀ ਹੈ ਔਰ ਸਵੇਰੇ ਬਿਨਾਂ ਦੱਸੇ ਹੀ ਚਲੀ ਜਾਂਦੀ ਰਾਤ ਨੂੰ ਬਿਨਾਂ ਦੱਸੇ ਆਉਂਦੀ ਹੈ ਬਿਨਾਂ ਦੱਸੇ ਚਲੀ ਜਾਂਦੀ ਹੈ ਰਾਤ ਤੁਸੀਂ ਦੱਸ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਤੁਹਾਡਾ ਸਹਿਜਪਾਲ ਸਿੰਘ ਓਕੇ ਸਭ ਤੋਂ ਪਹਿਲਾਂ ਤਾਂ ਬਹੁਤ ਵਧੀਆ ਲੱਗ ਰਿਹਾ ਹਾਂ ਥੈਂਕ ਯੂ ਓਕੇ ਸੋ ਇੱਥੇ ਬਿਲੋਂਗ ਕਰਦੇ ਹੋ ਬੇਸਿਕਲੀ ਨਹੀਂ ਨਹੀਂ ਮੈਂ ਜੰਮੂ ਐਂਡ ਕਸ਼ਮੀਰ ਤੋਂ ਬਿਲੋਂਗ ਕਰਦਾ ਬੇਸਿਕਲੀ ਕਸ਼ਮੀਰ ਓਕੇ ਸੋ ਇੱਥੇ ਘੁੰਮਣ ਲਈ ਆਏ ਹੋ ਜਾਂ ਕੁਝ ਕੰਮ ਲਈ ਇੱਥੇ ਰਹਿੰਦੇ ਹੋ ਸੈਟਲਮੈਂਟ ਵਾਸਤੇ ਆਏ ਹਾਂ ਇੱਥੇ ਸੈਟਲਮੈਂਟ ਕੀ ਕਰਦੇ ਹੋ ਮੈਂ ਹਲੇ ਪੜ੍ਹਦਾ ਐਮ ਬੀ ਏ ਕਰਨਾ ਮੈਂ ਤਾਂ ਬਟ ਅਵੇ ਹਿੰਦੀ ਚੱਲੂਗੀ ਥੋੜ੍ਹੀ ਥੋੜ੍ਹੀ ਸੋ ਮੈਂ ਅਭੀ ਯਹਾਂ ਪੇ ਸੈਟਲ ਹੋਣਾ ਹੈ ਐਮ ਬੀ ਏ ਕਰੂੰਗਾ ਸਟਾਰਟ ਯਹਾਂ ਪੇ ਓਕੇ ਸੋ ਕੈਸਾ ਚੱਲ ਰਿਹਾ ਸਟੱਡੀ ਵਗੈਰਾ ਕਿਆ ਸਭ ਅਭੀ ਤੋ ਜਸਟ ਆਇਆ ਹੂੰ ਜਸਟ ਅਭੀ ਕਾਲਜਸ ਦੇਖ ਰਹਾ ਹੂੰ ਸਿਲੈਕਟ ਕਰਨਾ ਬਹੁਤ ਸਾਰੇ ਕਾਲਜ ਕੀ ਵੈਰਾਈਟੀਜ਼ ਹੈ ਸੋ ਬੜਾ ਮੁਸ਼ਕਿਲ ਹੋਤਾ ਹੈ ਯਹਾਂ ਢੂੰਢਣਾ ਤੋ ਵੈਸੇ ਬਹੁਤ ਅੱਛਾ ਹੈ ਚੰਡੀਗੜ੍ਹ ਪੰਜਾਬ ਬਿਊਟੀ ਆਈ ਲਵ ਇਟ ਬਹੁਤ ਅੱਛਾ ਹੈ ਤੋ ਟੈਲੈਂਟ ਕੋਈ ਹਾਂ ਆਮ ਅ ਫ੍ਰੀ ਸਟਾਈਲ ਰੈਪਰ ਤੋ ਮੈਂ ਰੈਪ ਕਰ ਸਕਦਾ ਹੂੰ ਸੋ ਆਈ ਕੈਨ ਮੇਕ ਰੈਪ ਔਨ ਯੋਰ ਚੈਨਲ ਅੱਛਾ ਚੈਨਲ ਕੇ ਨਾਮ ਪੇ ਹਾਂ ਸ਼ੋਰ 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 ਅਭੀ ਹਾਂ ਕਰਕੇ देखो थ्री बी टू में देखो आया मेरे साथ मेरे यार यहाँ पे पंजाबी चैनल देखे साथ देखो शान पंजाबी मेरे साथ में है यार देखो मॉडल बहुत खड़ी देखो मस्त मेरे यार ये शान है पंजाब देखो शान है पंजाब की पंजाब में देखो घूम रहे हैं मेरे जान की और जट्टों की पहचान देखो होती मेरे यार शान है पंजाब में रैप गाना एस पी सिंह है यार यह कब से आया यहाँ पे रैप में सुनाऊँगा मैम के साथ खड़ा सबको ये बताऊँगा धीरे धीरे रैप की कहानी लेके जाऊँ सबको अपनी कहानी लेके एस पी सुनाऊँ यह वाओ अमेजिंग यार ये तो बहुत अच्छा सीरियसली बहुत अच्छा था थैंक यू तो कहीं पे ट्राई नहीं किया आपने रियलिटी शो वगैरह रियलिटी शो आई डोंट नीड इट बिकॉज़ वो स्क्रिप्टेड लिखते हैं वो लिख के गाना करते हैं मैं वो चीज चाहता नहीं मेरे को है कि मैं अपना दिखाते तो ये है ना कि फ्री स्टाइल कर हां हां दिखाते हैं वो फ्री स्टाइल कर रहे हैं बट वो होता फ्री स्टाइल नहीं वो पहले लिखते हैं फिर उसके बाद उसको रिकॉर्ड होता है अब फ्री स्टाइल में जहां घूमता मुझे कोई बोलता रैप गाता आई कैन मेक इट तो इसमें मस्त रहता अपना अपना माहौल रहता ओके बट सीरियसली ये बहुत बड़ा टैलेंट है बहुत बड़ा टैलेंट थैंक यू सो मच मिस ओके सो अपना कर रहे हो आप ट्राई कुछ हम कर रहे हैं ऐसे चैनल के थ्रू अपना रैप हम दुनिया तक पहुंचा रहे हैं कि मैं फ्री स्टाइल कर सकता हूं आप तो मुझे अपना नाम बताएं आप कुछ भी यहां पे दिखाते रहे पॉइंट आउट करें I will make rap on it, गाते 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 ओके सो कौन सा चैनल आप मेरा दो चैनल थे एक चैनल था मेरा हैक हो गया बट अब मेरा नया चैनल है फील द वाइब बाय एसपी सिंह ओके सो एक चीज पे और बनाएंगे हम लोग आप मुझे कांटेक्ट करो मैं बना दूंगा मान लो अगर डोमिनोज पे बनाना देखो मैम ने बोला है मुझे खाना है पिज़्ज़ा देखो हमें डोमिनोज देखो जाना है जीजा देखो साथ में जाएंगे डोमिनोज ही यार वेज एक्स्ट्रावेगेंजा खाएंगे देखो साथ देखो टॉपिंग्स उसमें होती है बहुत सारी देखो खाना मैम हमने पिज़्ज़ा एक है बारी देखो फिर मिलेंगे जरूर इस प्लान में है यार पंजाबी चैनल शाने शाने पंजाब ये वाओ ये बहुत बड़ा टैलेंट है यार पता है आप सेकंड भी नहीं ले रहे हो उस चीज़ को वो करने के लिए दिमाग में बिठाने के लिए भूल जाते हैं नहीं तो ऐसे नहीं, ऐसे कैसे मतलब कहते मैं अपने स्कूल टाइम में था मेरे टीचर ने मुझे मेरे में पता नहीं था मुझे मेरा टैलेंट है बट हम क्लास में बैठ के ना जब भी फ्री पीरियड होता था तो हम क्लास में गाने गुने गाया करते थे ऐसे तो मैं उसमें बनाता था तो बच्चे कहते थे यार तेरे में टैलेंट है यूज़ कर देन मेरे स्कूल में एक टीचर आए नए उन्होंने प्रीतेश सक्सेना नाम है उनका तो उन्होंने मुझे टैलेंट पहचाना उन्होंने मुझे बोला तू मैं काम कर थोड़ा कर देन आम अ ड्रमर टू आम अ रैप आम अ गिटारिस्ट तो ये सब चीज़ में म्यूजिक में ज़्यादा स्कूल टाइम में मैंने म्यूजिक टाइम पर ज़्यादा फोकस किया बहुत अच्छा लगा वैसे बेस्ट विशेस आपके फ्यूचर के लिए तो अब हम दो सवाल पूछेंगे आपसे क्योंकि इस चीज़ में तो आपका दिमाग बहुत ज़्यादा है तो हम अपनी लाइन से पूछते हैं तो ऐसी कौन सी चीज़ है जो हम खाने के लिए लेते हैं पर उसको खाते नहीं फनी फनी सी चीज़ ओके ओके खाने के लिए क्या क्या क्वेश्चन है खाने के लिए लेते हैं पर खाते नहीं है खाने के लिए लेते हैं पर खाते नहीं है हाँ इट्स अ ट्रिकी क्वेश्चन किसी ने अभी नहीं दिया जवाब वैसे ओह दैट्स ग्रेट फिर तो मैं कोई वो स्पेशल नहीं हूँ बट आई विल ट्राई माय बेस्ट खाने के लिए लेते हैं
बट खाते नहीं I'm confused, ma'am. I don't know the answer. Sorry. So next one, कोई ऐसी चीज जो सिर्फ हमारी है, जैसे मैं हूँ वो मेरी है, पर मेरे अलावा हर कोई यूज करता है, और वो आपकी है तो आपके अलावा हर कोई यूज करता है. प्यार? नहीं. और वो हमारी हर एक चीज में यूज भी होती है, जरूरत, बहुत जरूरत है. बातें? थोड़ा क्लोज हूँ, I think so. पर्सनल चीज हमारे अपना ही होता है वो, पर किसी बाकी सब लोग यूज करते हैं. मुंह? नहीं. टंग? नहीं. लैंग्वेज? नहीं. एक बड़ा सा हिंट दे देते हैं कि वो डॉक्यूमेंट्स में होता. आधार कार्ड? दैट्स अ जोक, दैट्स अ जोक. डॉक्यूमेंट्स में होता है. मैम इज दिस वेरी ट्रिकी क्वेश्चन. आई एम गुड इन म्यूजिक, आई थिंक सो. आई एम गुड इन जनरल नॉलेज, दैट्स इट. की नाम है तुम्हारा? रोमी सियाली. बड़ा पसीनो पसीने है. सेट होया ताई होया जी. अच्छा, किवें सेट होया? बस सप सुप कटता. तुम्हारा की नाम है? तन्नी है जी. ओके, सो इत्थे रहंदे हो तुसी? नहीं नहीं, मरिंडे तो आउंदे आ जी. स्पेशली आउंदे आ घुम्मण? नहीं, घुम्मण ही आउंदे आ जी. अच्छा, डेली? डेली आउंदे आ. अच्छा, तुम्हारा की नाम है? शंकर. ओके, सो मतलब मरिंडे तो डेली इत्थे सिर्फ घुम्मण दे लई ही आउंदे? अच्छा, इन्ना की स्पेशल है वे इत्थे ही विला टाइम स्पेंड? बहुत वधिया हुंदा है, कुछ असीं आप वधिया बना लैंदे आ जी. तीन चार यार हुंदे आ, बस इकट्ठे हो के माहौल वधिया बना लैंदे आ जी. अच्छा, की करदे? गेड़ियां मारदे? नहीं नहीं, गेड़ियां नहीं, बस भरवानी गेड़ा मारदे. भरवानी गेड़ा बजदा है. हां, सिंगर कौन है फेवरेट तुहाडा? सिंगर तां सिद्धू मूसेवाला ही है जी. झोटा इक्के बजदा है, 9:11. कोई उहनां दा सोंग जो बहुत ज्यादा पसंद होवे? ओ सारे सोंग पसंद आ, केड़ा दादी होणी जी. ਸਾਰੇ ਸੌਂਗ ਪਸੰਦ ਆਉਂਦਾ ਦੇ ਸੁਣਾਈ ਦਿਓ ਅਗੇ ਕਿਸੇ ਦੀ ਸਿੰਗਿੰਗ ਵਧੀਆ ਹੈ ਨਹੀਂ ਨਹੀਂ ਜੀ ਸਿੰਗਿੰਗ ਕਿਸੇ ਨੂੰ ਕੋਈ ਸ਼ੇਅਰ ਨਹੀਂ ਕੋਈ ਸ਼ੇਅਰ ਨਹੀਂ ਫਿਰ ਅਸੀਂ ਫੇਲ ਹੋ ਜੇ ਅੱਧੇ ਘੰਟੇ ਪਹਿਲਾਂ ਇਹਦੇ ਫਿਰ ਗਾਣਾ ਲਾ ਇਹ ਤੁਸੀਂ ਕਹੇ ਕਿ ਸੈਟ ਹੋ ਕੇ ਇਦਾਂ ਹੈ ਸੈਟ ਹੋ ਕੇ ਸਿੰਗਿੰਗ ਵੀ ਨਿਕਲ ਜਾਂਦੀ ਨਹੀਂ ਪਤਾ ਕਿਆ ਹੈ ਇਹ ਸੈਟ ਹੋ ਕੇ ਅਸੀਂ ਆ ਗਏ ਨਾ ਫਿਰ ਅਸੀਂ ਡੁੱਬ ਜਾਣਾ ਜੇ ਜੇ ਸੁਣਾ ਫਿਰ ਅਸੀਂ ਡੁੱਬ ਜਾਣਾ ਸੈਟ ਹੋ ਕੇ ਮੈਨੂੰ ਪਤਾ ਨਹੀਂ ਲੱਗਦਾ ਕੀ ਬੋਲ ਰਹੀ ਹਾਂ ਸਵਾਲ ਪੁੱਛਾਂਗੇ ਕੁਛ ਆਪਾਂ ਉਹਨਾਂ ਦੇ ਜਵਾਬ ਦਿਓ ਤੁਸੀਂ पढ़े लिखे नहीं है जिम्मे पिंड अपने बुझारत होंगी ना उस तरीके दे है. सो केड़ी चीज़ इदा दी है जो एक महीने के सिर्फ 24 घंटे दे लिए आती है? मैम हम की कह दी थोनू, बहुत चीज़ा मैम है. बहुत चीज़ा जो एक गैस परी कह दी है एक अद्धी दिखी 24 घंटे नहीं एक अद्धी परी एक महीने च एक बार आती है तो उ हर बार आ. हाँ परी मैम कह दी दिखी आँदी आँदी पापा की परी होगी 24 घंटे तो मैम कुछ नहीं आता जी बस सैट हो जाते जी फिर गल नहीं आदि ने. नैक के निशान वाला वही मुंडा अपन अज फिर मिल गया जो कि हर एक की वीडियो के देखने को मिलते काफ़ी ज़्यादा वायरल हुए से मिसअंडरस्टैंडिंग कह सकते हैं गल करते हैं. सत श्रीकाल. सत श्रीकाल जी. नाम क्या है? पंकज. की चक्कर प्यासे हो? कुछ नहीं, वो तो वीडियो बनाने आए थे, इंटरव्यू जो लिता तो लोगों को निशान लव बैठ लगी ता करके थोड़ा वायरल हो गए. घरदिया ने देखी वीडियो? हाँ हाँ घरदिया ने देखी. बोले नहीं कुछ? नहीं उन्होंने पता सट्टा तो उन्होंने कहा तो बोलना. की कर रहे हो सारे? वैसे तो पता ही है वायरल बहुत हो गया कि वेले. हाँ जी वेले, हूँ भी जस्ट वेले सी ते एनू आ गए. ओके. हाँ जी. काम कर की कर दे? काम कर वेले सी. वैसे मेरे जवाब पता था. ऐश कर दे पे. हाँ जी. ओके, तुसी कर? असी वेले. अच्छा, फिर भी जिंदगी लंगौली कोई काम कुछ तो कर दे? जिंदगी लंगौली चलो माड़ा मोटा चली जाता घरों पिछों काम तकड़े ने. अच्छा, बेसिकली कितों बिलोंग कर दे? फिरोजपुर. ਤੁਸੀਂ ਪੁੱਛ ਲਓ ਹੀ ਸੁਣਾ ਦਾਂਗੇ ਕੋਈ ਸੌਂਗ ਵਗੈਰਾ ਜਾਂ ਫੇਵਰੇਟ ਸਿੰਗਰ ਕੌਣ ਹੈ ਤੁਹਾਡਾ? ਸਿੱਧੂ ਮੂਸੇਵਾਲਾ. ਹਾਂਜੀ. ਕੋਈ ਕੁਛ ਕੋਈ ਵਰਡ ਸਿੱਧੂ ਲਈ ਕਹਿਣਾ ਚਾਹੁੰਦੇ ਹੋ? ਕੁਛ ਨਹੀਂ, ਇਨਸਪੀਰੇਸ਼ਨ. ਇਨਸਪੀਰੇਸ਼ਨ. ਓਕੇ, ਤਾਂ ਉਹਨਾਂ ਲੋਕਾਂ ਲਈ ਕੀ ਕਹੋਗੇ ਜੋ ਮਤਲਬ ਉਹਨਾਂ ਦੇ ਜਾਣ ਤੋਂ ਬਾਅਦ ਵੀ ਕੰਟਰੋਵਰਸੀ ਉਹਨਾਂ ਦੇ ਨਾਮ 'ਤੇ ਕ੍ਰੀਏਟ ਕਰਕੇ ਨਾਮ ਲੈਂਦੇ ਆ?
ਮੈਮ ਜਿਨ੍ਹਾਂ ਨੇ ਫੇਮ ਲੈਣਾ ਜਿਨ੍ਹਾਂ ਨੇ ਕਹਿੰਦੇ ਨਾ ਕਿ ਕੋਈ ਦੀਨ ਮਾਣ ਨਹੀਂ ਬੰਦਿਆਂ ਦਾ ਹੁੰਦਾ ਕਿ ਬੰਦਾ ਚਲੋ ਹੁਣ ਚਲਾ ਹੀ ਗਿਆ ਤੁਸੀਂ ਤਾਂ ਵੀ ਬੋਲ ਕੇ ਤੁਸੀਂ ਤਾਂ ਵੀ ਹੁਣ ਜੋ ਨਿਊ ਸੌਂਗ ਆਇਆ ਸੀ ਕਈ ਲੋਕਾਂ ਨੇ ਤਾਂ ਉਹਦੇ ਖਿਲਾਫ਼ ਵੀ ਕੋਰਟ 'ਚ ਪਾ ਤਾ ਕੇਸ ਪਾ ਤਾ ਕਿ ਹੁਣ ਚਲੋ ਪਹਿਲਾਂ ਇੰਨੀ ਮਾੜੀ ਬੀਤ ਗਈ ਆ ਉਹਦੀ ਫੈਮਿਲੀ ਦੇ ਨਾਲ ਹੈ ਨਾ ਆਪਾਂ ਉਸ ਚੀਜ਼ ਨੂੰ ਕਹਿੰਦੇ ਨਾ ਕਿ ਆਪਾਂ ਇੱਕ ਫੀਲ ਕਰ ਸਕਦੇ ਬਟ ਜੋ ਉਹਨਾਂ 'ਤੇ ਹੁੰਦਾ ਪਿਆ ਉਹ ਉਹਨਾਂ ਨੂੰ ਹੀ ਪਤਾ ਵਾ ਹੈ ਨਾ ਆਪਾਂ ਕਹਿੰਦੇ ਨੇ ਸਾਲ ਹੋ ਗਿਆ ਦੋ ਸਾਲ ਹੋ ਗਿਆ ਬਟ ਜੋ ਇੱਕ ਮਾਂ ਪਿਓ 'ਤੇ ਬੀਤ ਰਹੀ ਆ ਉਹਨਾਂ ਨੂੰ ਹੀ ਪਤਾ ਵਾ ਕਿੱਦਾਂ ਦਿਨ ਲੰਘ ਰਿਹਾ ਕਿਉਂਕਿ ਆਪਦੇ ਮੁੰਡੇ ਦਾ ਉਹ ਕਹਿੰਦੇ ਨਾ ਕਿ ਭਾਰ ਚੱਕਣਾ ਬਹੁਤ ਔਖਾ ਵਾ ਸੋ ਸਿੱਧੂ ਦਾ ਕੋਈ ਸੌਂਗ ਜੋ ਬਹੁਤ ਜ਼ਿਆਦਾ ਦਿਲ ਦੇ ਕਰੀਬ ਹੋਵੇ ਜਾਂ ਬਹੁਤ ਜ਼ਿਆਦਾ ਪਸੰਦ ਸਾਰੇ 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 ਤੁਹਾਡੇ ਵੀ ਸਾਰੇ ਉਹ ਸਾਰੇ ਸੁਣਦੇ ਗੱਡੀ 'ਚ ਆਉਣ ਆਪਣੇ ਬੈਕ ਸਾਈਡ ਬਾਰੀ 'ਤੇ ਲੱਗੀ ਆਉਣ ਲਈ ਸਿੱਧੂ ਲਖੀਚਾ ਹੈ ਫੋਟੋ ਲੱਗੀ ਸਪੈਸ਼ਲੀ ਕੋਈ ਗਾਣਾ ਸੁਣਾਓਗੇ ਨਹੀਂ ਗਾਣਾ ਤਾਂ ਇੰਨੀ ਆਵਾਜ਼ ਨਹੀਂ ਸੋਹਣੀ ਹੈਗੀ ਜਿਹੜੇ ਗਾਣੇ ਗਾ ਕੇ ਨਹੀਂ ਤਾਂ ਆਪਣੇ ਕੱਢ ਲੈਂਦੇ ਹਾਂ ਹੋਰ ਨਹੀਂ ਤਾਂ ਆਪ ਕੱਢ ਲੈਂਦੇ ਕਿਉਂਕਿ ਪਿੱਛੋਂ ਘਰੋਂ ਘਰ ਬਾਰ ਤੋਂ ਕਾਫੀ ਤਗੜੇ ਆ ਕਹਿੰਦੇ ਹਾਂਜੀ ਹਾਂਜੀ ਘਰ ਬਾਰ ਬਾਬੇ ਨਾਨਕ ਦੀ ਕਿਰਪਾ ਰੋਟੀ ਰਾਜੀ ਦੋ ਟਾਈਮ ਦੀ ਬਹੁਤ ਵਧੀਆ ਚੱਲ ਬਿਲਕੁਲ ਬਿਲਕੁਲ ਹੋਣਾ ਵੀ ਚਾਹੀਦਾ ਸੋ ਆਪਾਂ ਸਵਾਲ ਪੁੱਛਾਂਗੇ ਦੋ ਤਿੰਨ ਤੁਹਾਡੇ ਤੋਂ ਬਹੁਤ ਜਿਵੇਂ ਬੁਝਾਰਤਾਂ ਹੁੰਦੀਆਂ ਹੈ ਨਾ ਉਸੇ ਤਰੀਕੇ ਦੇ ਨਾਲ ਬੁਝਾਰਤਾਂ ਜਦ ਕੱਚੇ ਹੀ ਆ ਕੋਈ ਇੱਦਾਂ ਦੀ ਚੀਜ਼ ਜਿਹਦੇ ਸਿਰ ਵੀ ਹੁੰਦਾ ਪੂੰਛ ਵੀ ਹੁੰਦੀ ਹੈ ਸਰੀਰ ਨਹੀਂ ਹੁੰਦਾ ਸਿਰ ਵੀ ਹੁੰਦਾ ਪੂੰਛ ਵੀ ਹੁੰਦੀ ਸਰੀਰ ਨਹੀਂ ਹੁੰਦਾ ਗੱਲਾਂ ਨਹੀਂ ਨਹੀਂ ਕੋਈ ਇਹਨੂੰ ਇੰਗਲਿਸ਼ ਵਿੱਚ ਕਰ ਲਓ ਨਾ ਸਿਰ ਤੇ ਪੂੰਛ ਨੂੰ ਫਿਰ ਈਜ਼ੀਲੀ ਹੋ ਸਕਦਾ ਗੈਸ ਤੇ ਪੂੰਛ ਵੀ ਹੋ ਸਕਦਾ ਇਹ ਤਾਂ ਰੱਬ ਜਾਣਦਾ ਹੈ ਇਹਦਾ ਤੇਲ ਔਨ ਹੈਡ ਤੇਲ ਔਨ ਹੈਡ ਸਿੱਕਾ ਸਿੱਕਾ ਇਹ ਪਹਿਲਾ ਇਨਸਾਨ ਹੈ ਜਿਨ੍ਹਾਂ ਨੇ ਇਸ ਸਵਾਲ ਦਾ ਜਵਾਬ ਦਿੱਤਾ ਆਪਣੇ ਸਿੱਕਾ ਉਹ ਵੀ ਤੁਹਾਨੂੰ ਹਿੰਟ ਦਿੱਤਾ ਸੀ ਇਸੇ ਲਈ ਨਹੀਂ ਨਹੀਂ ਵਧੀਆ ਗੱਲ ਥੈਂਕ ਯੂ ਤੇ ਇੱਕ ਹੋਰ ਸਵਾਲ ਜੋ ਆਪਾਂ ਕੋਈ ਇੱਦਾਂ ਦੀ ਚੀਜ਼ ਜੋ ਆਪਾਂ ਖਰੀਦਿਆ ਉਦੋਂ ਬਲੈਕ ਕਲਰ ਦੀ ਹੁੰਦੀ ਹੈ ਜਦੋਂ ਉਹਨੂੰ ਯੂਜ਼ ਕਰਦੇ ਆ ਉਦੋਂ ਰੈੱਡ ਕਲਰ ਦੀ ਹੁੰਦੀ ਹੈ ਅਤੇ ਯੂਜ਼ ਕਰਨ ਤੋਂ ਬਾਅਦ ਉਹ ਵਾਈਟ ਕਲਰ ਦੀ ਹੋ ਜਾਂਦੀ ਹੈ ਖਰੀਦਦੇ ਹਾਂ ਬਲੈਕ ਕਲਰ ਬਲੈਕ ਤੋਂ ਰੈੱਡ ਹੋ ਜਾਂਦਾ ਯੂਜ਼ ਕਰਨ ਤੋਂ ਬਾਅਦ ਵਾਈਟ ਹੋ ਜਾਂਦਾ ਜਿਹੜੇ ਲੋਕ ਪਿੰਡਾਂ ਦੇ ਵਿੱਚ ਰਹਿੰਦੇ ਪਿੰਡਾਂ ਸ਼ਹਿਰਾਂ ਵਾਲੇ ਲੋਕ ਉਹਨੂੰ ਖਰੀਦ ਕੇ ਯੂਜ਼ ਕਰਦੇ ਆ ਆਪਣੇ ਨਾਰਮਲੀ ਓਦਾਂ ਹੀ ਹੁੰਦੀ ਹੈ ਪਿੰਡਾਂ ਦੇ ਵਿੱਚ ਕਿਹੜੀ ਚੀਜ਼ ਆ ਗਈ ਤੁਸੀਂ ਦੱਸ ਦੋ ਤੰਗ ਹੀ ਆ ਚੀਜ਼ਾਂ ਤੁਸੀਂ ਮਾੜਾ ਮੋਟਾ ਤੁਸੀਂ ਕੁਛ ਆਪ ਦੱਸ